ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਇਸ ਬਹੁਤ ਹੀ ਸਪੈਸ਼ਲ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਪਹੁੰਚਿਆ ਨੇਪਰਵਿਲ ਇਲਨੋਏ ਅੱਜ ਤੁਸੀਂ ਦੇਖ ਸਕਦੇ ਹੋ ਇਹ ਪ੍ਰੋਗਰਾਮ ਔਨ ਲੋਕੇਸ਼ਨ ਹੋਏਗਾ ਬਟ ਅੱਜ ਦੀ ਡਿਸਕਸ਼ਨ ਜੋ ਟੌਪਿਕ ਮੈਂ ਲੈ ਕੇ ਆਈਆਂ ਮੈਂ ਕਹਾਂਗੀ ਇੰਨਾ ਇੰਟਰਸਟਿੰਗ ਹੈਗਾ ਜਿਵੇਂ ਕਿ ਕਿਸਾਨ ਮੋਰਚੇ ਦੀ ਗੱਲਾਂ ਦੀ ਲਗਾਤਾਰ ਆਪਾਂ ਕਹਿੰਦੇ ਕਿ ਕੀ ਹੱਲ ਹੋਏਗਾ ਕਦੋਂ ਇਹ ਚੀਜ਼ ਰਿਜ਼ੋਲਵ ਹੋਏਗੀ ਸ਼ਾਇਦ ਅੱਜ ਇਸ ਮੁੱਦੇ ਦੇ ਵਿੱਚ ਕੋਈ ਨਾ ਕੋਈ ਹੱਲ ਸਾਨੂੰ ਮਿਲ ਸਕਦਾ ਹੈ ਐਗਰੀਕਲਚਰ ਦੀ ਜਦੋਂ ਲੰਦੀ ਖਾਸ ਕਰਕੇ ਇੰਡੀਆ ਦੇ ਵਿੱਚ ਐਗਰੀਕਲਚਰ ਦੀ ਡਿਫੀਨੇਸ਼ਨ ਸਿਰਫ ਖੇਤੀਬਾੜੀ ਨਹੀਂ ਹੈ ਸਿਰਫ ਕrops ਨਹੀਂ ਹੈ agriculture includes crops and livestock yet livestock di koi gall hi nahi kar reya livestock todi animal husbandry todi poultry todi um, dairy producing animals inadi koi gall hi nahi ka the, GDP, stara, de kar reya jithe india di gdp 17 18% agriculture te depend kardi hai us percentage de vich 6% livestock te aake rukdi hai yet livestock te koi focus nahi kar reya ajj main ik ehho je expert de naal todi gall karan ja rahi ha jo na ke sirf ik ਲਾਈਫ ਲੌਗ ਸਟੂਡੈਂਟ ਹੈਗੇ ਬਟ ਮੈਂ ਕਹਾਂਗੀ ਮਾਹਿਰ ਹਨ ਲਾਈਵ ਸਟਾਕ ਤੇ ਐਨੀਮਲ ਸਾਇੰਸ ਦੇ ਤੇ ਉਹ ਸਾਨੂੰ ਦੱਸਣਗੇ ਥੋੜੀ ਜੀ ਇੰਡੀਆ ਦੀ ਪੋਲੀਟੀਕਲ ਸਿਚੁਏਸ਼ਨ ਦੇ ਕੰਟੈਕਸ ਦੇ ਵਿੱਚ ਕਿ ਕਿਸ ਤਰ੍ਹਾਂ ਇਹ ਜੋ ਅਨਸੋਲਵੇਬਲ ਪ੍ਰੋਬਲਮ ਇਸ ਵੇਲੇ ਬਣੀ ਹੋਈ ਹੈ ਇੰਡੀਆ ਦੇ ਵਿੱਚ ਕਿਸਾਨ ਮੁੱਦੇ ਨੂੰ ਲੈ ਕੇ ਕਿਸ ਤਰ੍ਹਾਂ ਸ਼ਾਇਦ ਪੋਲਟਰੀ ਤੇ ਲਾਈਵ ਸਟਾਕ ਸੈਕਟਰ ਇਹਦਾ ਕੋਈ ਹੱਲ ਆਫਰ ਕਰ ਸਕਦਾ ਹੈ 让我们 ਗੋ ਇਨਸਾਈਡ ਐਂਡ ਮੀਟ ਆਰ ਗੈਸਟ ਫॉर ਟੂਡੇ Dr. Bajwa, once again, thank you so much, Zisanu. Um, it is saddha time kaddha saddha Most importantly, you know, metonu. ਇੱਕ ਥੈਂਕ ਯੂ ਕਰਨਾ ਚਾਹੁੰਦੀ ਆ ਸਮ ਆਫ ਦੀ ਇਨਫੋਰਮੇਸ਼ਨ ਦੈਟ ਯੂ ਸ਼ੇਅਰਡ ਵਿਦ ਮੀ ਆਲਰੇਡੀ ਅਮ ਇਹ ਚੀਜ਼ ਇੰਨੀ ਇੰਪੋਰਟੈਂਟ ਹੈ ਅੱਜ ਦੀ ਡੇਟ ਵਿੱਚ ਸਾਡੇ ਵਿਊਅਰਸ ਦੇ ਨਾਲ ਸ਼ੇਅਰ ਕਰਨੀ ਸਮ ਆਫ ਯਰ ਹਿਸਟਰੀ ਯਰ ਐਕਸਪੀਰੀਐਂਸਸ ਅਮ ਯੂ نو ਤੁਸੀਂ ਹੁਣੇ ਹੀ ਕਹਿ ਰਹੇ ਸੀ देयर ਆਰ ਥਿੰਗਸ ਦੈਟ ਵੀ ਹੀਅਰ ਅਬਾਊਟ ਟੁਡੇ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਅਮ ਐਜੂਕੇਸ਼ਨ ਦੀ ਗੱਲ ਹੁੰਦੀ ਹੈ ਇਹ ਇੰਸਟੀਟਿਊਸ਼ਨਸ ਦੀ ਗੱਲ ਹੁੰਦੀ ਹੈ ਦੈਟ ਵੀ ਕਾਈਂਡ ਆਫ ਟੇਕ ਫਾਰ ਗ੍ਰਾਂਟਿਡ ਬਟ ਤੁਸੀਂ ਤਾਂ ਉਸ ਟਾਈਮ ਤੋਂ ਆਂਦੇ ਹੋ ਦੈਟ ਯੂ ਹੈਵ ਸੀਨ ਦੀ ਇਨਸੈਪਸ਼ਨ ਆਫ ਥੀਸ ਇੰਸਟੀਟਿਊਸ਼ਨਸ ਮੈਂ ਤਾਂ ਇਹ ਵੀ ਕਹਾਂਗੀ ਤੁਸੀਂ ਉਹਨ ਇੰਸਟੀਟਿਊਸ਼ਨਸ ਦੀ ਸ਼ੁਰੂਆਤ ਲਈ ਲੜੇ ਹੋ Right, so let's start with that. Um, Punjab Agriculture University, ya yeah, jo Guru Angad Dev Veterinary University hagi Ludhiana, odivech toada, bahot hi vada role rey hai. You know, court cases were filed, or fought, were won. Uh, but let's start there, right? So, jo PAU di galandiye, jo Guru Angad Dev Veterinary University wasn't always around. Odhi kis tarah ਤੇ ਤੁਹਾਡਾ ਉਹਦੇ ਵਿੱਚ ਕੀ ਰੋਲ ਸੀਗਾ? ਰਸ਼ਵੀਤੋ ਜੀ थैंक यू। এবੋਂ ਪ੍ਰਾਨਿੰਗ ਹਲਾ ਕਿ 2003 ਦੇ ਵਿੱਚ ਉਦੋਂ ਵੀ ਚੀਫ ਮਿਨਿਸਟਰ ਸਟੇਟ ਦੇ ਕੈਪਟਨ ਅਮਰਿੰਦਰ ਸਿੰਘ ਜੀ ਸੀ। ਤੇ ਇਹਨਾਂ ਨੇ ਇੱਕ ਬਿਆਨ ਦਿੱਤਾ ਤੋਂ ਇਥੇ ਅਮਰੀਕਾ ਦੇ ਪੰਜਾਬੀ ਨਿਊਜ਼ਪੇਪਰਾਂ 'ਚ ਵੀ ਆ ਗਿਆ। ਤੋਂ ਮੇਰੇ ਬ੍ਰਦਰ ਨੇ ਉਹ ਪੜ੍ਹਿਆ ਵੱਡੇ ਨੇ ਉਹ ਮੇਰੇ ਕੋਲ ਆਏ ਸੀ। ਤੋਂ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਥੋੜਾ इंट्रस्टिंग बे गुड थिंग है बननी चाहिए क्योंकि एग्रीकल्चर के नाल लाइव स्टाक भी एक बड़ा महत्वपूर्ण सैक्टर है mm -hmm. तो यूनिवर्सिटी बननी चाहिए आई वॉज कन्विंस पर मेरा ब्रदर मैनू कहना भी तू इस चक्कर पेगा भी की है इतों जाओगे जो मैं नहीं कोई गल नहीं चलो खैर ओनु कटिंग स्टोरी शॉर्ट ए थ्रू परसिस्टेंस ऑफ माई एफर्ट्स ਐਫਰਟ ਆਫ ਮਾਈ ਸਕੂਲ ਸਾਇੰਟਿਸਟ ਜਾਂ ਸਭ ਕੁਝ ਸਾਡੇ ਗਰੁੱਪ ਵਿੱਚ ਹੋਰ ਲੋਕ ਸੀਗੇ ਤੇ ਆਈ ਗਾਟ ਕਨੈਕਟਡ ਵਿਦ ਦਾ ਸੀਐਮ ਆਫਿਸ ਫਿਰ ਮੈਂ ਥੋੜਾ ਟ੍ਰੇਸ ਕਰ ਲਿਆ ਬਈ ਐਨੀਮਲ ਹਸਬੈਂਡਰੀ ਦਾ ਸੈਕਟਰੀ ਕੌਣ ਹੈ ਐਨੀਮਲ ਹਸਬੈਂਡਰੀ ਦਾ ਮਿਨਿਸਟਰ ਕੌਣ ਹੈ ਫਿਰ ਸਾਡੀ ਆਪਸ ਵਿੱਚ ਚਿੱਠੀ ਪੱਤਰ ਸ਼ੁਰੂ ਹੋ ਗਿਆ ਸੋ ਆਈ ਵਾਸ ਲਿੰਕਡ ਵਿਦ them ਥਰੂ ਮਾਈ ਲੈਟਰਸ ਜੀ ਪਰ ਜਿਹੜਾ ਲੈਟਰ ਇਨੀਸ਼ੀਏਟ ਹੋਇਆ ਉਹ ਸਾਡੇ ਇੱਥੇ ਇੱਕ ਸ਼ਿਕਾਗੋ ਦੀ ਆਰਗੇਨਾਈਜੇਸ਼ਨ ਹੁਣ ਤਾਂ ਕਾਫੀ ਜਿਆਦਾ ਵੱਧ ਗਈ ਹੈ ਉਹਦਾ ਨਾਮ ਫਰੈਂਡਸ ਆਫ ਪੰਜਾਬ ਜੀ ਜੀ ਔਰ ਉਹ ਸਰਦਾਰ ਭੁਪਿੰਦਰ ਸਿੰਘ ਹੰਦਰ ਮੇਰੇ ਦੋਸਤ ਸੀ ਅਸੀਂ ਕਾਫੀ ਉਹਨਾਂ ਦੇ ਦਫ਼ਤਰ ਜਾ ਗਏ ਹਜੇ ਵਿਚਾਰ ਕਰਦੇ ਰਹਿੰਦੇ ਸੀ ਤਾਂ ਮੈਂ ਉਹਨੂੰ ਕਿਹਾ ਮੈਂ ਭੁਪਿੰਦਰ ਵੀਰ ਤੁਹਾਡੀ ਸੁਸਾਇਟੀ ਵੱਲੋਂ ਮੈਨੂੰ ਇੱਕ ਤੁਸੀਂ ਲੈਟਰ ਲਿਖ ਕੇ ਦਿਓ ਕਿਉਂਕਿ ਇਟ ਵੁਲ ਲੁੱਕ ਗੁੱਡ ਮਾ ਜੇ ਮੈਂ ਕੱਲਾ ਜਾਊਂਗਾ ਹੂ ਇਜ਼ ਰਿਸਪੌਂਸਿੰਗ ਮੈਂ ਅਗਰ ਫਰੈਂਡਸ ਆਫ ਪੰਜਾਬ ਜਾਣਗੇ ਚੰਗਾ ਲੱਗੇਗਾ ਖੈਰ ਉਹਨਾਂ ਨੇ ਕਾਈਂਡਨੈਸ ਫੋਰ ਲੈਟਰ ਲਿਖ ਦਿੱਤਾ ਤੇ ਉਹ ਨਾਲ ਜਿਹੜਾ ਜਵਾਬ ਸੀਗਾ ਉਹ ਮੈਨੂੰ ਆ ਗਿਆ ਮੈਂ ਆਪਣਾ ਐਡਰੈਸ ਦਿੱਤਾ ਸੀ ਜੀ ਤੇ ਅਮਰਿੰਦਰ ਸਿੰਘ ਦੇ ਉਦੋਂ ਪਰਸਨਲ ਸੈਕਟਰੀ ਐਮ ਪੀ ਸਿੰਘ ਹੁੰਦੇ ਸੀ ਮੈਨੂੰ ਉਹਨਾਂ ਦੇ ਇਨੀਸ਼ੀਅਲ ਪਤਾ ਹੈ ਪੂਰਾ ਨਾਂ ਨਹੀਂ ਪਤਾ ਮੈਂ ਉਹਨਾਂ ਨੂੰ ਮਿਲਿਆ ਨਹੀਂ ਪਰ ਉਹਨਾਂ ਦਾ ਮੈਨੂੰ ਲੈਟਰ ਆ ਗਿਆ ਤੇ ਤਾਂ ਚਲੋ ਗੱਲ ਚੱਲੀ ਜਲਦ ਜਲਦ 2004 ਚ ਇਹ ਯੂਨੀਵਰਸਿਟੀ ਅਨਾਉਂਸ ਹੋ ਗਈ ਉਹ ਯੂਨੀਵਰਸਿਟੀ ਅਨਾਉਂਸ ਹੋਣ ਨਾਲ PAU ਨਾਲ ਬਾਈਫਰਗੇਟ ਹੋਣਾ ਸੀ ਜੀ ਤੇ ਜਿਹੜੀਆਂ ਸਾਡੇ ਐਗਜ਼ਿਸਟਿੰਗ ਵੈਟਰਨਰੀ ਕਾਲਜ ਸੀ ਉਹ ਐਲੀਵੇਟ ਹੋ ਗਿਆ ਕਲਾ ਕਾਲਜ ਯੂਨੀਵਰਸਿਟੀ ਜੀ ਤੇ ਜਿਹੜੇ ਐਗਰੀਕਲਚਰ ਸਾਇੰਟਿਸਟ ਸੀਗੇ ਉਹ ਕੈਨ ਬੀ ਆਪਣਾ ਕੰਮ ਚੱਲ ਰਿਹਾ ਕਿ PAU ਸ਼ੁੱਡ ਨਾਟ ਬੀ ਬਾਈਫਰਗੇਟ ਉਹ ਕੁਝ ਬੜੇ ਸੀਨੀਅਰ ਲੋਕ ਸੀਗੇ ਜੀ ਉਹਨਾਂ ਨੇ ਉੱਥੇ ਨਿਊਜ਼ ਕਾਨਫਰੰਸਾਂ ਵੀ ਕੀਤੀਆਂ ਪਰ ਐਨੀਵੇ ਗਵਰਨਮੈਂਟ ਦੀ ਵੀ ਸਪੋਰਟ ਸੀਗੀ ਸਾਡੇ ਪਰਸਿਸਟੈਂਸ ਐਫਰਟ ਵੀ ਹੈਗੇ ਸੀ ਤੇ ਉਹ ਜਿਹੜੀ ਯੂਨੀਵਰਸਿਟੀ ਸੀ ਉਹ ਜਦੋਂ ਬਣ ਗਈ ਤਾਂ ਉਹਨਾਂ ਨੇ ਕੋਰਟ ਕੇਸ ਕਰ ਦਿੱਤਾ ਔਰ ਕੋਰਟ ਕੇਸ ਜੋ ਸਟੇ ਮਿਲ ਗਈ ਉਹ 8-9 ਮਹੀਨੇ ਉਹ ਅੰਡਰ ਕੋਰਟ ਕੇਸ ਚ ਰਿਹਾ ਪਰ ਫਿਰ ਉਹ 2000 I think in 6 ਉਹ ਕਲੀਅਰ ਹੋ ਗਿਆ ਫਿਰ ਉਹਦੀ ਇਨਾਗੂਰੇਸ਼ਨ ਹੋ ਗਈ ਉਹ ਅੱਗੋਂ ਕੰਮ ਚੱਲ ਗਿਆ ਜੀ ਆਈ ਮੀਨ ਡਾਕਟਰ ਬਾਜਵਾ ਜਦੋਂ ਇਹ ਇਨਾਗੂਰੇਸ਼ਨ ਹੋਈ ਐਂਡ ਯੂ نو ਆਈ ਜਸਟ ਵਾਂਟ ਮਾਈ ਵਿਊਅਰਸ ਇਹ ਜਾਣਕਾਰੀ ਲਈ ਦੱਸਣਾ ਚਾਹੁੰਦੀ ਹਾਂ ਯੂ ਆਰ ਦ ਫਰਸਟ ਮੈਂਬਰ ਜੋ ਬੋਰਡ ਆਫ ਮੈਨੇਜਮੈਂਟ ਅਪਾਇੰਟ ਕੀਤੀ ਗਈ ਸੀ ਯੂ ਆਰ ਟੈਕਨੀਕਲ ਐਡਵਾਈਜ਼ਰ ਐਂਡ ਜੋ ਇਹ ਪੋਜੀਸ਼ਨ ਸੀਗੀ ਖਾਸ ਕਰਕੇ ਜੋ ਬੋਰਡ ਆਫ ਮੈਨੇਜਮੈਂਟ ਉਹ ਤੁਸੀਂ ਇਕੱਲੇ ਸੰਭੀ ਦੋ ਤਿੰਨ ਪਹਿਲੇ ਸਾਲ ਆਲੇ ਰਾਈਟ ਅਮ ਬਟ ਇਹ ਤਾਂ ਚਲੋ ਆਈ ਮੀਨ ਤੁਸੀਂ ਕਿਹਾ 2003 4 5 ਕਾਫੀ ਪੁਰਾਣੀ ਗੱਲ ਹੋ ਗਈ ਹੈ ਯੈਸ ਇਟ ਇਜ਼ ਕਾਫੀ ਹੁਣ ਸਮਾਂ ਬੀਤ ਗਿਆ ਬਟ ਤੁਸੀਂ ਤਾਂ ਲਾਈਫ ਲੌਂਗ ਸਟੂਡੈਂਟ ਹੈਗੇ ਰਾਈਟ ਐ ਤੁਸੀਂ ਉਹਨੂੰ ਦੱਸ ਰਹੇ ਸੀ ਕਿ ਤੁਹਾਡੀ ਜੋ ਐਜੂਕੇਸ਼ਨ ਹੈ ਪੀਏਯੂ ਦੇ ਵਿੱਚ 60 70 ਦੇ ਉਹ 11 ਸਾਲ ਕੁਝ ਚੱਲੀ ਸੀ ਹੈਨਾ ਸੋ ਟੇਕ us ਬੈਕ ਉਹ अर्ਲੀ ইয়ারਸ अर्ਲੀ ডেজ ਕਿੱਦਾਂ ਦੇ ਸੀਗੇ ਆਈ ਮੀਨ ਯੂ نو ਜੋ ਕੋਈ ਤੁਹਾਨੂੰ ਨਹੀਂ ਪਰਸਨਲੀ ਜਾਨਣਾ ਮੈਂ ਦੱਸ ਜਾਨਦੀ ਆ ਡਾਕਟਰ ਬਾਜਵਾ ਇਜ਼ an example of a lifelong student um but ਉਹ ਪਹਿਲੇ ইয়ারਸ ਕਿੱਦਾਂ ਦੇ ਸੀ ਬਹੁਤ ਅੱਛੇ ਜੀ ਫਿਰ ਮੈਂ ਦੱਸ ਲਿਆ ਕਿ ਮੈਂ 63 ਚ ਜੁਆਇਨ ਕੀਤਾ ਤੇ ਮੈਂ ਪੀਏਯੂ ਦਾ ਇੰਡੀਪੈਂਡੈਂਟ ਯੂਨੀਵਰਸਿਟੀ ਦਾ ਸਾਡਾ ਪਹਿਲਾ ਬੈਚ ਸੀਗਾ ਮੈਂ ਬਟਰੀਕਾਲੀ ਸੀ ਬਟਰੀ ਕਾਲਜ ਹਸਾਰ ਵਿੱਚ ਸੀ ਤੇ ਜਦੋਂ ਅਸੀਂ 63 ਜੁਆਇਨ ਹੋਏ ਤੇ ਕਾਲਜ ਦੇ ਵਿੱਚ ਬੜੀ ਵੱਡੀ ਸਟ੍ਰਾਈਕ ਹੋ ਗਈ ਅਸੀਂ ਤਾਂ ਸਟੂਡੈਂਟ ਸੀਗੇ ਫਰਸਟイヤー ਦੇ ਸੋ ਸਪੈਕਟੇਟਰ ਸੀਗੇ ਪਰ ਸਾਡਾ ਇੱਕ ਪ੍ਰੈਜ਼ੀਡੈਂਟ ਸੀਗਾ 4thイヤー ਦਾ ਉਹਦਾ ਨਾਮ ਸੀਗਾ ਸੁਰਿੰਦਰ ਕੁਮਾਰ ਵਦਵਾ ਜੀ ਤੋਂ ਅਸੀਂ ਉਹ ਤੋਂ ਬੜੇ ਇੰਪ੍ਰੈਸਿਵ ਜਿਹੜੇ ਫਸਟイヤー ਦੇ ਸੀ ਖੈਰ ਚਲੋ ਉਹ ਅਸੀਂ ਚਾਹੁੰਦੇ ਸੀਗੇ ਵੀ ਸਾਡੀ ਫੇਸ ਸਕਿਲ ਵਧੇ ਪਰ ਉਹ ਅਸੀਂ ਇੱਕ ਸਪੈਕਟੇਟਰ ਦੇਖਿਆ ਉਹ 5 ਮਹੀਨੇ ਸਾਡਾ ਕਾਲਜ ਬੰਦ ਰਿਹਾ ਵਾਓ ਤੇ ਚਲੋ ਫਿਰ ਚੱਲ ਗਏ ਔਰ ਫਿਰ 67 ਜਿਵੇਂ ਪਾਸ ਆਊਟ ਹੋ ਗਿਆ ਆਪਣਾ ਪਾਸ ਕਰ ਲਿਆ ਹਾਂਜੀ ਹਾਂਜੀ ਤੇ 67 ਜਮ ਐਮ ਐਸ ਸੀ ਜੁਆਇਨ ਕਰ ਲਈ ਕਿਉਂਕਿ ਉਦੋਂ ਇਹ profession ਦੀ ਬੜੀ ਟੀਚਰਸ ਇਧਰੋਂ ਪੜ ਕੇ ਗਏ ਸੀਗੇ पीएल 480 ਦੀਆਂ ਸਕੀਮ ਸੀ ਬੜੇ ਸਕਾਲਰਸ਼ਿਪ ਸੀ ਹੈਰ ਇੰਡੀਆ ਵਾਂਟਡ ਐਗਰੀਕਲਚਰ ਸਾਇੰਟਿਸਟ ਲਾਈਸਟਾਕ ਸਾਇੰਟਿਸਟ ਸੋ ਵਰ ਸਾਨੂੰ ਉਹ ਜਿਹੜਾ ਸੀਗਾ ਮੌਕਾ ਮਿਲ ਗਿਆ ਐਮ ਐਸ ਸੀ ਕਰ ਲਈ ਐਮ ਐਸ ਸੀ ਤੋਂ ਬਾਅਦ ਅਸੀਂ ਪੀ ਐਚ ਡੀ ਜੁਆਇਨ ਹੋ ਗਏ ਪਰ ਜਦੋਂ ਐਮ ਐਸ ਸੀ ਕਰ ਰਹੇ ਸੀ ਉਦੋਂ ਇੱਕ ਬੜੀ ਇੱਕ ਇੱਕ ਹੈਪਨਿੰਗ ਹੋਈ ਜਿਸ ਨੇ ਕਾਫੀ ਚੇਂਜ ਕੀਤਾ ਵੈਟਰਨਰੀ profession ਕਿਉਂਕਿ 69 ਤੱਕ ਲੁਧਿਆਣੇ ਵਿੱਚ ਵੈਟਰਨਰੀ ਕਾਲਜ ਨਹੀਂ ਸੀ अच्छा जी, so, स्टेट जी।, 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 जी। सो स्टेट ऑन 1966 ਚ ਬਾਈਫਰਕੇਟ ਹੋ ਗਈ ਸੀ ਸਭ ਕੁਝ ਬਾਈਫਰਕੇਟ ਹੋ ਗਿਆ ਚੀਫ ਮਿਨਿਸਟਰ ਲੱਗ ਗਏ ਦੂਜੇ ਹੋਰ ਬਣ ਗਏ ਮਿਨਿਸਟਰੀਆਂ ਬਣ ਗਿਆ ਪਰ ਸਾਡਾ ਵਟਰਨ ਸਕੂਲ ਨਹੀਂ ਸੀ ਚੇਂਜ ਹੋਇਆ ਅਰੇ ਪੁਰਾਣਾ ਸੀਗਾ ਲਾਹੌਰ ਤੋਂ ਟ੍ਰਾਂਸਫਰ ਹੋਇਆ ਸੀ ਇੱਥੇ ਤੇ ਇਥੋਂ ਚੱਲਦਾ ਰਿਹਾ ਜੀ ਫਿਰ ਸਾਨੂੰ 11 ਨਵੰਬਰ 1969 ਨੂੰ ਇੱਕ ਛੋਟੀ ਜੀ ਐਜੀਟੇਸ਼ਨ ਚੱਲੀ ਉਹ ਮੇਰੇ ਖਿਆਲ ਉਹਦੇ ਚ ਟੋਟਲ ਉਈ ਇਨੀਸ਼ੀਅਲੀ 4 ਤੋਂ 5 ਪ੍ਰੋਫੈਸਰ ਸੀਗੇ ਤੇ ਕੋਈ 20 ਸਟੂਡੈਂਟਸ ਸੀਗੇ ਸੋ ਵੀ ਯੂਜ਼ ਟੂ ਸੀ ਉਦੋਂ ਚੀਫ ਮਿਨਿਸਟਰ ਸੀਗੇ ਸਰਦਾਰ ਗੁਰਨਾਮ ਸਿੰਘ ਜਸਟਿਸ ਤੇ ਵਾਈਸ ਚਾਂਸਰ ਸੀਗੇ ਡਾਕਟਰ ਐਮ ਐਸ ਰੰਧਾਵਾ ਉਹਨਾਂ ਨੂੰ ਇਹ ਗੱਲ ਸਾਡੀ ਸਪੋਰਟ ਹੋ ਗਈ ਉਹ ਸਮਝ ਹੋ ਗਈ ਸਾਡਾ ਕਾਲਜ ਅਨਾਉਂਸ ਹੋ ਗਿਆ ਲੁਜਾਣੇ 11 ਨਵੰਬਰ 1969 ਨੂੰ ਕਾਲਜ ਕਮਿਸ਼ਨ ਹੋ ਗਿਆ ਸਾਰੇ ਸਟੂਡੈਂਟ ਫ੍ਰਮ ਪੀ ਐਚ ਡੀ ਐਮ ਐਸ ਸੀ ਅੰਡਰ ਗ੍ਰੈਜੂਏਟ ਅਸੀਂ ਸਾਰੇ ਲੁਧਿਆਣਾ ਟ੍ਰਾਂਸਫਰ ਹੋ ਗਏ ਉਹ ਇੱਕ ਬੜਾ ਟਾਈਮ ਅਜ ਬਹੁਤ ਥੋੜਾ ਪਰ ਬੜਾ ਇੱਕ ਇੰਪਰੋਵਾਈਜ਼ਡ ਜਿਹਾ ਕਾਲਜ ਸੀਗਾ ਜਿਹੜੇ ਅੱਜ ਕੋਈ ਜਾਣਦੇ ਹੋਣ ਪੁਰਾਣੇ ਪੀ ਐ ਯੂ ਦੇ ਗ੍ਰੈਜੂਏਟ ਹਟਮੈਂਟ ਹੋਸਟਲ ਹੁੰਦਾ ਸੀ ਉੱਥੇ ਇੱਕ ਹੁਣ ਤਾਂ ਉਹ ਅਜਕਲ ਉਹ ਖੇਤੀਬੀ ਵਿਗਿਆਨ ਕੇਂਦਰ ਐਕਸਟੈਂਸ਼ਨ ਸੈਂਟਰ ਬਣਿਆ ਹੈ ਛੋਟਾ ਜਿਹਾ ਉਹ ਸਾਡਾ ਕਾਲਜ ਬਣ ਗਿਆ ਸੀ ਕਰ ਅੱਛਾ ਟਾਈਮ ਰਿਹਾ ਪਰ ਉਹ ਫਿਰ ਜਦੋਂ ਕਾਲਜ ਬਣ ਗਿਆ ਡੀਨ ਡਾਇਰੈਕਟਰ ਲੱਗ ਗਏ ਤੇ ਕੁਝ ਥੋੜਾ ਜਿਹਾ ਬੜੀਆਂ ਜੌਬਸ ਓਪਨਿੰਗ ਹੋ ਗਏ ਜੀ ਤਾਂ ਕੁਝ ਨੈਪੋਟਿਜ਼ਮ ਫੇਵਰਿਟਿਜ਼ਮ ਕਾਈਂਡ ਚੱਲ ਪਏ ਭਈ ਜਿਹੜੇ ਕੁਝ ਲੈਸ ਕੁਆਲੀਫਾਈਡ ਲੋਕ ਸੀ ਉਹ ਵੀ ਕਾਲਜ ਜੁਆਇਨ ਕਰਨ ਲੱਗੇ ਤੇ ਕੋਈ ਸਾਨੂੰ ਇਹ ਫੀਲ ਹੋਇਆ ਵੀ ਐਜੂਕੇਸ਼ਨ ਇਸ ਤਰ੍ਹਾਂ ਦਾ ਸਾਡੀ ਠੀਕ ਨਹੀਂ ਰਹੇਗੀ ਥੋੜੀ ਜੀ ਉੱਥੇ ਸਟੂਡੈਂਟ ਅਨਰੈਸਟ ਹੋ ਗਈ ਸਟੂਡੈਂਟ ਅਨਰੈਸਟ ਕੋਈ 2 ਸਾਲ ਚੱਲੀ ਔਰ 73 ਚੱਕ ਅਗਰ ਮੈਨੂੰ ਕੋ ਅੱਜ ਪੁੱਛੇ ਉਹ ਇਨਸੀਡੈਂਟ ਨਹੀਂ ਹੋਣਾ ਚਾਹੀਦਾ ਪਰ ਮੌਕੇ ਦੀ ਉਦੋਂ ਅਸੀਂ ਵੀ ਯੰਗ ਸੀਗੇ ਪਰ ਕੋਈ ਕਿਸੇ ਦੇ ਵਾਸਤੇ ਕੋਈ ਉਲਟ ਨਹੀਂ ਸੀਗਾ ਸਿਰਫ ਕਾਲਜ ਦੀ ਬਿਹਤਰੀ ਵਾਸਤੇ ਸੀ ਪਰ ਇਹੋ ਜਿਹਾ ਇਨਸੀਡੈਂਟ ਹੋਇਆ ਵੀ ਸਾਡਾ ਜਿਹੜਾ ਡੀਨ ਸੀ ਉਹ ਚੇਂਜ ਹੋ ਗਿਆ ਤੇ ਥੋੜੇ ਜਿਹੇ ਜਿਹੜੇ ਇਨਸੀਡੈਂਟ ਪਹਿਲਾਂ ਹੋਏ ਉਹ ਠੀਕ ਨਹੀਂ ਸੀ ਕੁਝ ਉਹਨਾਂ ਨੂੰ ਅਸੀਂ ਆਫਿਸ 'ਚ ਜਾ ਕੇ ਉਹਨਾਂ ਦਾ ਆਫਿਸ ਇਹਦਾ ਜੀ ਲਾਕ ਕਰ ਦਿੱਤਾ ਉਹਨਾਂ ਨੂੰ ਅੰਦਰ ਲਾਕ ਕਰਤਾ ਆਫਿਸ ਤੇ ਚਲੋ خیر ਕੋਈ ਬਹੁਤ ਚੰਗਾ ਕੰਮ ਨਹੀਂ ਸੀ ਜੀ ਉਹਦੇ ਵਿੱਚ ਕੋਈ ਸਟੂਡੈਂਟ ਕਾਲਜੋਂ ਕੱਢ ਦਿੱਤੇ ਗਏ ਤੇ ਪਰਸਨਲੀ ਮੈਨੂੰ ਤਾਂ ਉਹਨਾਂ ਨੇ ਟੋਟਲੀ ਐਕਸਪੈਲ ਕਰ ਦਿੱਤਾ ਆਈ ਡੋਟ ਨੋ ਮੈਂ ਕਿੰਨਾ ਕੁ ਵੱਡਾ ਲੀਡਰ ਸੀ ਬਟ ਆਈ ਹੈਵ ਟੂ ਸੇ ਥਿਸ ਇਜ਼ ਆਫਟਰ 11 ইয়ার্স ਤੁਸੀਂ ਆਪਣੀ ਡੀਵੀਐਮ ਆਪਣੀ ਐਮਐਸਸੀ ਐਂ ਤੁਸੀਂ ਆਪਣੀ ਦੂਜੀ পিএইচডি ਕਰ ਰਹੇ ਸੀ পিএইচডি ਕਰ ਰਹੇ ਸੀ ਹਾਂਜੀ ਦੂਜੀ পিএইচডি ਕਰ ਰਹੇ ਸੀ ਪਰ ਉਹ ਫਿਰ ਅਗੇ ਮੈਂ ਹਾਈ ਕੋਰਟ ਚ ਲੱਗ ਗਿਆ ਤੋ ਸਾਡੇ ਫੇਵਰ ਚ ਹੋ ਗਿਆ ਸੋ ਗੋਡ ਬlesਸ ਐਸੀ ਇੱਕ ਚੀਜ਼ ਹੈ ਜਿਹੜਾ ਜੱਜ ਵੀ ਸੀ ਮੈਨੂੰ ਅੱਜ ਪੱਕਾ ਯਾਦ ਹੈ ਉਹ ਉਸ ਦੀਨ ਦਾ ਕਲਾਸ ਫੈਲੋ ਸੀਗਾ ਲਾਹੌਰ ਤੋਂ ਵਾਓ ਪਰ ਉਹ ਕਿ ਜਿਹੜੀਆਂ ਸਰਕਮਸਟੈਂਸ਼ੀਅਲ ਐਵਿਡੈਂਸ ਕੋਈ ਆਫਕੋਰਸ ਅਨਡਿਨਾਈਏਬਲ ਪਰ ਮੈਂ ਅੱਜ ਵੀ ਮੇਰਾ ਬਾਅਦ ਚ ਉਹਨਾਂ ਪ੍ਰਿੰਸੀਪਲ ਨਾਲ ਬੋਲਣਾ ਚੱਲਣਾ ਰਿਹਾ ਉਹ ਆਸਟ੍ਰੇਲੀਆ ਚਲੇ ਗਏ ਸੀ ਔਰ ਮੈਂ ਉਹਨਾਂ ਦੇ ਕੰਟੈਕਟ ਸੀ and i felt sorry in my life too oh well, that's i mean you know that's good but you know oh josh de vich um jis tarah once again tusi mainu das rahe si um tusi koi apne niji gain le nahi kar rahe si twaada matlab ant gol ki si ga is sare agitation de vich twaada ki matlab maqsad si ga saada maqsad eh si ga ki eh college nawa baneya aur agar ediyan footings weak ho gayian te sari zindagi weak rahega vey itthe acche teacher hon aur pura staff hove ਉਰਾ ਰਿਸਰਚ ਹੈ ਔਰ ਫਿਰ ਉਹ ਅੱਜ ਜੇ ਕੋਈ ਪੁਰਾਣੇ ਸਟੂਡੈਂਟਸ ਉਹਨੂੰ ਜਾਣਦੇ ਹੋਣ ਉਸ ਟਾਈਮ ਦੇ ਅਗਰ ਅੱਜ ਸਾਡੀ ਇੰਸਟੀਚਿਊਸ਼ਨ ਨੂੰ ਦੇਖਿਆ ਜਾਏ ਜਿਹੜੀ ਹੁਣ ਇੰਡੀਪੈਂਡੈਂਟ ਯੂਨੀਵਰਸਿਟੀ ਹੈ ਪਰ ਉਹ ਜਦੋਂ ਰਿਪਲੇਸ ਡੀਨ ਹੋਇਆ ਉਹਨਾਂ ਦਾ ਨਾਮ ਸੀਗਾ ਡਾਕਟਰ ਬਖਸ਼ੀਸ਼ ਸਿੰਘ ਗਿੱਲ ਜੀ ਉਹ ਹੁਣ ਤਾਂ ਇਸ ਦੁਨੀਆ ਤੋਂ ਜਾ ਚੁੱਕੇ ਹਨ ਪਰ ਉਹਨਾਂ ਨੇ ਇੰਨੀ ਚੰਗੀ ਮਿਹਨਤ ਨਾਲ 9 ਸਾਲ ਉਹ ਡੀਨ ਰਹੇ ਇਸ ਕਾਲਜ ਦੇ ਵਿੱਚ ਇੰਨਾ ਗੁੱਡ ਸਟਾਫ ਗੁੱਡ ਟੀਚਰਸ ਜੀ ਗੁੱਡ ਇਨਵੈਸਟਮੈਂਟ ਸੈਂਟਰ ਫੰਡ ਉਹ ਕਾਲਜ ਇਹਨਾਂ ਬਣਿਆ ਹੀ ਵਾਸ ਵੈਰੀ ক্লোਜ਼ ਵਿਦ ਦਾ ਪੋਲਿਟਿਸ਼ੀਅਨਸ ਟੂ ਇਸ ਕਰਕੇ ਨਹੀਂ ਵੀ ਉਹ ਕਿਸੇ ਦਾ ਅਨਡਿਊ ਕਰਦੇ ਪਰ ਹੀ ਵਾਸ ਵੈਰੀ ਇੰਟੈਲੀਜੈਂਟ ਔਰ ਉਹ ਇੱਕ ਬਹੁਤ ਇੱਕ ਸਟ੍ਰਿਕਟ ਮਿਜਾਜ ਦੇ ਬੰਦੇ ਸੀ ਸੋਸ਼ਲ ਸਰਕਲ ਕੱਟ ਪਰ ਗੁੱਡ ਲਿਮਟਿਡ ਔਰ ਸਟੂਡੈਂਟਸ ਇਹਨਾਂ ਉਹਨਾਂ ਕੋ ਡਰਦੇ ਸੀ ਉਹ ਪੌੜੀਆਂ ਨਹੀਂ ਸੀ ਛੱਡਦੇ ਇੱਕ ਵਾਰੀ ਉਹਨਾਂ ਨੇ ਕਿਹਾ ਵੀ ਦੇਖੋ ਜੋ ਤੁਸੀਂ ਇਨ ਬੀਟਵੀਨ ਕਲਾਸਿਸ ਜਾਂਦੇ ਜੇ ਰੋਲਾ ਨਾ ਪਾਇਆ ਕਰੋ ਇਹ ਕਾਲਜ ਨਹੀਂ ਲੱਗਦਾ ਉਹ ਮੁੰਡੇ ਬਹੁਤ ਡਰਦੇ ਸੀ ਪਰ ਉਹਨਾਂ ਨੇ ਫਿਰ ਸਟੂਡੈਂਟਸ ਵਾਸਤੇ ਕੀਤਾ ਵੀ ਬਹੁਤ ਜੀ ਇੱਕ ਨਿਊ ਐਡਮਿਸ਼ਨ ਪਾਲਿਸੀ ਲਿਆਂਦੀ ਵੈਟਰਨਰੀ ਕਾਲਜ ਜੀ ਜਿਹਦੇ ਤਹਿਤ ਰੂਰਲ ਬੈਕਗਰਾਉਂਡ ਦੇ ਮੁੰਡਿਆਂ ਨੂੰ ਜਿਹੜੇ ਪਿੰਡਾਂ ਚੋਂ ਡਿਗਰੀ ਕਰਕੇ ਆਉਂਦੇ ਸੀ ਔਰ ਜਿਨ੍ਹਾਂ ਨੂੰ ਲਾਈਵਸਟਾਕ ਦਾ ਪਤਾ ਸੀਗਾ ਤੇ ਆਫੋਰਡਰ ਕੀ ਹੈ ਇਹਨੂੰ ਫੀਡ ਕਿਵੇਂ ਕਰਨਾ ਹੈ ਏ ਐਨੀਮਲ ਨੂੰ ਤੁਸੀਂ ਮਿਲਕ ਕਿਵੇਂ ਕਰਨਾ ਇਹੇ ਜੀ ਟ੍ਰੇਨਿੰਗ ਦੇ ਨੰਬਰ ਲਾਏ ਗਏ ਸੀ ਔਰ 9 ਸਾਲ ਉਹ ਸਿਸਟਮ ਚੱਲਿਆ ਜਿਹਦੇ ਵਿੱਚ ਅੱਜ ਵੀ ਮੈਂ ਕਹਿ ਸਕਦਾ ਕਿ ਜਿਹੜੇ ਸਨ 74 ਤੋਂ ਲੈ ਕੇ 83 ਦੇ ਗ੍ਰੈਜੂਏਟ ਐ ਅਗਰ ਉਹ ਅਮਰੀਕਾ 'ਚ ਮੇਰੀ ਗੱਲ ਸੁਣ ਰਹੇ ਆਂ ਉਹਨਾਂ ਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਕਿ ਦੈਟ ਵਾਸ ਦਾ ਕ੍ਰੀਮ ਆਫ ਦਾ ਪ੍ਰੋਫੈਸ਼ਨ ਵਾਓ ਅਮ ਡਾਕਟਰ ਬਾਜਵਾ ਤੁਸੀਂ ਲਾਈਵ ਸਟਾਕ ਦੀ ਗੱਲ ਕੀਤੀ ਐ ਇਹ ਸਾਨੂੰ ਸਾਡੇ ਇਸ ਮੇਨ ਮੁੱਦੇ ਤੇ ਲੈ ਕੇ ਆ ਰਿਹਾ ਸੋ ਯੂ نو ਆਈ ਡੂ ਵਾਂਟ ਟੇਕ ਦਾ ਕਨਵਰਸੇਸ਼ਨ ਕਿ ਅੱਜ ਜਦੋਂ ਕਿਸਾਨ ਮੋਰਚੇ ਨੂੰ ਲੈ ਕੇ ਹਰ ਇੱਕ ਦਾ ਫੋਕਸ ਖੇਤੀਬਾੜੀ ਜਦੋਂ ਐਗਰੀਕਲਚਰ ਦੀ ਗੱਲ ਹੁੰਦੀ ਹੈ ਉਹ ਕ੍ਰੌਪਸ ਤੇ ਉਹਨਾਂ ਦਾ ਫੋਕਸ ਆ ਕੇ ਟਿਕ ਜਾਂਦਾ ਹੈ ਬਟ ਐਗਰੀਕਲਚਰ ਇਨਕਲੂਡਸ ਕ੍ਰੌਪਸ ਐਸ ਵੈਲ ਐਸ ਲਾਈਵ ਸਟਾਕ ਸੋ ਡਾਕਟਰ ਬਾਜਵਾ ਤੁਸੀਂ ਇਸ ਚੀਜ਼ ਦੇ ਮਾਹਿਰ ਐਕਸਪਰਟ ਹੈਗੇ ਇਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਕਿ ਕਿਸ ਤਰ੍ਹਾਂ ਅੱਜ ਦੀ ਡੇਟ ਵਿਚ ਇਹਦੀ ਐਮੀਅਤ ਸਾਨੂੰ ਰੱਖਣੀ ਚਾਹੀਦੀ ਹੈ ਪਰ ਰੱਖੀ ਨਹੀਂ ਜਾ ਰਹੀ ਆਮ ਇਨਕੀ ਆਪਾਂ ਕਰ ਸਕਦੇ ਹਾਂ ਉਸ ਚੀਜ਼ ਨੂੰ ਚੇਂਜ ਕਰ ਲਈ ਤੇ ਇੱਕ ਛੋਟੀ ਜਿਹੀ ਬ੍ਰੇਕ ਲਗ ਜਾਂ ਤੁਸੀਂ ਕਿਤੇ ਨਾ ਜਾ ਮਿਲਦੇ ਆ ਬ੍ਰੇਕ ਤੋਂ ਉਸ ਬਾਅਦ ब्रेक तो बस साइड ਦਾ ਸਵਾਗਤ ਹੈ ਸਾਡੀ ਟੀਮ ਪਹੁੰਚੀ ਹੈ ਨੇਪਰਵਿਲ ਇਲਨੋਏ ਜੋ ਕਿ ਇੱਕ ਸਬਰਬ ਸਿਕਾਗੋ ਦਾ ਤੇ ਇੱਥੇ ਗੱਲ ਹੋ ਰਹੀ ਹੈ ਸਾਡੇ ਮੈਂ ਕਹਾਂਗੀ ਖਾਸ ਕਮੈਂਟੇਟਰ ਜੂਸ਼ਲੀ ਮੇਰੇ ਸ਼ੋਅ ਦੇ ਵਿੱਚ ਕਾਲ ਕਰਕੇ ਆਪਣਾ ਆਪਣੀ ਇਨਸਾਈਟ ਸ਼ੇਅਰ ਕਰਦੇ ਪਰ ਅੱਜ ਮੌਕਾ ਮਿਲੇ ਹੈ ਇਹਨਾਂ ਦੇ ਨਾਲ ਫੇਸ ਟੂ ਫੇਸ ਗੱਲ ਕਰਨ ਦਾ ਐਂਡ ਕਿੰਨੀ ਜ਼ਿਆਦਾ ਜਾਣਕਾਰੀ ਮੈਨੂੰ ਸੁਣਨ ਨੂੰ ਮਿਲ ਰਹੀ ਹੈ ਤੁਹਾਨੂੰ ਵੀ ਮਿਲ ਰਹੀ ਹੈ ਇੱਕ ਬਾਰੀ ਫਿਰ ਮੈਂ ਸਵਾਗਤ ਕਰਨਾ ਚਾਹਾਂਗੀ ਡਾਕਟਰ ਬਾਜਵਾ ਦਾ ਡਾਕਟਰ ਬਾਜਵਾ ਵੈਲਕਮ ਬੈਕ ਟੂ ਦਾ ਪ੍ਰੋਗਰਾਮ ਡਾਕਟਰ ਬਾਜਵਾ ਤੁਸੀਂ ਲਾਈਫ ਲੌਂਗ ਸਟੂਡੈਂਟ ਸਟੂਡੈਂਟ ਆਪਣੇ ਆਪ ਨੂੰ ਡਿਸਕ੍ਰਾਈਬ ਕਰਦੇ ਹੋ ਬਟ ਜਿਸ ਤਰ੍ਹਾਂ ਦੀ ਤੁਹਾਡੀ ਨੌਲੇਜ ਹੈਗੀ ਇਟਸ ਆਬਵੀਅਸ ਥੈਟ ਤੁਸੀਂ ਆਪਣੀ ਪੂਰੀ ਜ਼ਿੰਦਗੀ ਲਾਤੀ ਇੱਕ ਅਫੀਸ਼ੀਅਲ ਤੌਰ ਤੇ ਵੀ ਡੀਵੀਐਮ ਐਮਐਸਸੀ ਪੀਐਚਡੀ ਦੋ ਪੀਐਚਡੀਜ਼ ਤੁਸੀਂ ਪਰਸੂ ਕੀਤੀਆਂ ਯੂ نو ਵੈਨ ਇਟ ਕਮਸ ਟੂ ਇਨ ਐਕਸਪਰਟੀਜ਼ ਔਨ ਐਨੀਮਲ ਹਸਬੈਂਡਰੀ ਅਮ ਐਨੀਮਲ ਸਾਇੰਸ ਅਮ ਇਹ ਤੁਹਾਡਾ ਫੀਲਡ ਆਫ ਦਿਸ ਇਜ਼ ਯੋਰ ਪੈਸ਼ਨ ਮੈਂ ਕਹਾਂਗੀ ਅੱਜ ਇੰਡੀਆ ਦੇ ਵਿੱਚ ਇਸ ਕਿਸਾਨ ਮੋਰਚੇ ਨੂੰ ਲੈ ਕੇ ਹਰ ਇੱਕ ਦੀ ਹਰ ਇੱਕ ਦਾ ਧਿਆਨ ਕ੍ਰੌਪਸ ਵਿੱਚ ਐਗਰੀਕਲਚਰ ਵਿੱਚ ਆਇਆ ਹੋਇਆ ਬਟ ਇਹਦੇ ਵਿੱਚ देयर ਆਰ ਸਮ ਨੰਬਰਸ ਯੂ ਟੋਲਡ ਮੀ ਦੈਟ ਆਰ ਵੈਰੀ ਇੰਟਰਸਟਿੰਗ ਅਗਰ ਆਪਾਂ ਇੰਡੀਆ ਦੀ ਐਗਰੀਕਲਚਰ ਇੰਡਸਟਰੀ ਦੀ ਟੋਟਲ ਕੰਟ੍ਰਿਬਿਊਸ਼ਨ ਦੇਖਦੇ ਆਂ ਜੀਡੀਪੀ ਦੇ ਵਿੱਚ ਇਟਸ ਬੈਟ 17 18 ਪਰਸੈਂਟ ਜਿਹਦੇ ਵਿੱਚ ਕrops ਸਿਰਫ ਤਾਂ ਸਿਰਫ 11 ਤੋਂ 12 ਪਰਸੈਂਟ ਹੈਗੇ ਆ ਲਾਈਵਸਟਾਕ ਮੇਕਸ ਅਪ 6 ਤੋਂ 7 ਪਰਸੈਂਟ ਆਫ ਥੈਟ ਬਟ ਲਾਈਵਸਟਾਕ ਇਧਰ ਕੋਈ ਗੱਲ ਨਹੀਂ ਕਰ ਰਿਹਾ ਸਭ ਤੋਂ ਪਹਿਲੇ ਡਾਕਟਰ ਬਾਜਵਾ ਗਿਵ ਅਸ ਦਿ ਡਿਫੀਨੀਸ਼ਨ ਆਫ ਲਾਈਵਸਟਾਕ ਜਦੋਂ ਆਪਾਂ ਲਾਈਵਸਟਾਕ ਦੀ ਗੱਲ ਕਰਦੇ ਆਂ ਇਨ ਥਿਸ ਰਿਗਾਰਡ ਵਾਟ ਡਸ ਥੈਟ ਇੰਟੇਲ ਪਹਿਲਾਂ ਯਾ ਸਮਝੀਏ ਜੀ ਵੀ ਜਿਹੜਾ ਐਗਰੀਕਲਚਰ ਦੀ ਡੈਫੀਨੇਸ਼ਨ ਆ दैट ਇਨਕਲੂਡਸ ਕ੍ਰਾਪ ਐਂਡ ਲਾਈਵਸਟਾਕ ਜੀ ਹੁਣ ਲਾਈਵਸਟਾਕ ਚ ਇਸ ਤਰ੍ਹਾਂ ਆ ਗਿਆ ਲਾਈਵਸਟਾਕ ਚ ਡੇਰੀ ਐਨੀਮਲ ਵਰਕ ਐਨੀਮਲ ਪੋਲਟਰੀ ਪਿਗਰੀ ਹੂੰ ਹੂੰ ਸ਼ੀਪਸ ਗੋਟ ਫਿਸ਼ਰੀਜ਼ ਐਨੀਮਲ ਬਾਈ ਪ੍ਰੋਡਕਟਸ ਸੋ ਬਹੁਤ ਵੱਡਾ ਫਿਰ ਜਿਹੜੇ ਇਹਨਾਂ ਦੇ ਬਾਈ ਪ੍ਰੋਡਕਟਸ ਹੈ ਲਾਈਵਸਟਾਕ ਦੇ ਦੇ ਤੋ ਇਹ ਕੋਈ 9-10 ਆਈਟਮ ਬਣ ਜਾਂਦੇ ਆ ਅਗਰ ਦੇਖਿਆ ਜਾਏ ਤਾਂ ਜੀ 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 ਇਹ ਇੱਕ ਐਸਾ ਸੈਕਟਰ ਹੈ ਕਿ ਜਿਹੜਾ ਕੋਈ ਨੈਚੁਰਲ ਕਲੈਮਿਟੀ ਤੋਂ ਵੀ ਬਹੁਤ ਘੱਟ ਅਫੈਕਟ ਹੁੰਦਾ ਅੱਛਾ ਜੀ ਕਿਉਂਕਿ ਮੀਂਹ ਦਾ ਕੋਈ ਫਰਕ ਨਹੀਂ ਅਗਰ ਗੜੇ ਪੈ ਗਏ ਤਾਂ ਕੋਈ ਫਰਕ ਨਹੀਂ ਜੀ ਔਰ ਕੋਈ ਫਲੱਡ ਆ ਗਿਆ ਤਾਂ ਕੋਈ ਫਰਕ ਨਹੀਂ ਅਗਰ ਕਿਤੇ ਕੋਈ ਪਾਣੀ ਘੱਟ ਹੈ ਡੇਜ਼ਰਟ ਹੈ ਤੇ ਅਸੀਂ ਉੱਤੇ ਇਡਾਂ ਬੱਕਰੀਆਂ ਇਹੋ ਜਿਹਾ ਲਾਈਫਸਟਾਕ ਨੂੰ ਉੱਥੇ ਰੱਖ ਸਕਦੇ ਸੋ ਇਹਦੀ ਬਹੁਤ ਇੰਪੋਰਟੈਂਸ ਹੈ। ਉਹ ਇਹਦੀ ਮੈਂ ਹੋਰ ਇਹਨੂੰ ਦੇਖਦਾ ਕਿ ਜਿਹੜਾ ਇੰਡੀਆ ਦਾ ਸਿਸਟਮ ਹੈ ਜਿਹੜੇ ਜਿਹੜੇ ਉੱਥੇ ਲੋਕ ਰਹਿ ਰਹੇ ਹੈ ਜਿਹੜੀ ਉਹਨਾਂ ਦੀ ਡੈਮੋਗ੍ਰਾਫੀ ਬਹੁਤ ਸਾਰੇ ਲੈਂਡਲੈਸ ਫਾਰਮਰਸ ਹੈ। ਅਰ ਬਹੁਤ ਸਾਰੇ ਛੋਟੇ ਜ਼ਿਮੀਦਾਰ ਹੈ ਸਮਾਲ ਲੈਂਡ ਮਾਰਜਨਲ। ਉਹਨਾਂ ਦੇ ਕੋਈ ਇੰਨੇ ਯਾਦਾ ਰਿਸੋਰਸਸ ਨਹੀਂ ਹੁੰਦੇ ਪਰ ਅਗਰ ਉਹ ਥੋੜੇ ਜੇ ਐਨੀਮਲ ਰੱਖ ਲੈਣ ਤਾਂ ਉਹਨਾਂ ਦੀ ਜਿਹੜੀ ਇਨਕਮ ਹੈ ਸਪਲੀਮੈਂਟ ਹੋ ਜਾਂਦੀ ਹੈ। ਸੋ ਇਸ ਕਰਕੇ ਇਹਦੀ ਬਹੁਤ ਇੰਪੋਰਟੈਂਟ ਇਨਕਮ ਸਪਲੀਮੈਂਟੇਸ਼ਨ ਦੀ ਗੱਲ ਆ ਨਹੀਂ ਤੁਸੀਂ ਮੈਨੂੰ ਹੋਰ ਕੁਝ ਫਿਗਰਸ ਦੱਸੇ ਸੀ ਸੋ ਅਗਰ ਇੱਕ ਇੱਕ ਫੈਮਿਲੀ ਜਾਂ ਇੱਕ ਯੂ ਨੋ ਹਾਊਸਹੋਲਡ ਦੇ ਵਿੱਚ ਕੋਈ ਚਾਰ ਐਨੀਮਲ ਰੱਖਦਾ ਹੈ ਹੈਨਾ ਇਨ ਅਡੀਸ਼ਨ ਟੂ देयर ਇਨਕਮ অর ਜਸ ਐਸ ਅ ਸੋਰਸ ਆਫ ਇਨਕਮ ਵਾਟ ਕਾਈਂਡ ਆਫ ਨੰਬਰਸ ਇਨਕਮ ਵਾਈਜ਼ ਆਰ ਵੀ ਲੁਕਿੰਗ ਐਟ ਇਨਕਮ ਪਹਿਲਾਂ ਤਾਂ ਡਿਪੈਂਡ ਕਰੇਗੀ ਵੀ ਅਸੀਂ ਕਿਹੋ ਜਿਹੇ ਐਨੀਮਲ ਰੱਖਦੇ ਹਮ ਅਗਰ ਅਸੀਂ ਚਾਰ ਮੱਝਾਂ ਰੱਖਦੇ ਹਾਂ ਚੰਗੇ ਚੰਗੀਆਂ ਜੀ ਜੀ ਔਰ ਚੰਗੀਆਂ ਗਾਵਾਂ ਚੰਗੀਆਂ ਰੱਖੀਏ ਪਰ ਇਹਦੇ ਨਾਲ ਜੇ ਅਸੀਂ ਐਵਰੇਜ ਕੱਢ ਲਈਏ ਤੇ ਇਹ ਚਾਰ ਐਨੀਮਲ ਅਗਰ ਤੁਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਅੱਛਾ ਫਾਡਰ ਪਾਓ ਚੰਗੀ ਉਹਨਾਂ ਦੀ ਟੇਕ ਕੇਅਰ ਕਰੋ ਤੇ ਇਹ ਕੋਈ ਤੁਹਾਨੂੰ 1 ਲੱਖ ਤੋਂ 1/2 ਲੱਖ ਰੁਪਈਆ ਇੱਕ ਸਾਲ ਦਾ ਇਹ ਚਾਰ ਐਨੀਮਲ ਬਚਾ ਸਕਦੇ ਆ ਵਾਓ ਐ ਐ ਇਹ ਤਾਂ ਆਪਾਂ ਸਕੇਲ ਅੱਪ ਵੀ ਕਰ ਸਕਦੇ ਆ ਨਾ ਤੁਸੀਂ ਮੈਨੂੰ ਦੱਸ ਸੀ ਜੇ ਤੁਸੀਂ ਚਾਰ ਦੀ ਥਾਂ ਤੇ 2500 ਰੱਖ ਲੋ ਯੂ نو ਇਫ ਯੂ ਡੂ ਦ ਮੈਥ ਇਨ दैट ਵੇ ਬਟ ਥਿਸ ਇਜ਼ਨ ਜਸਟ ਅਬਾਊਟ ਕਿਸੇ ਐਨੀਮਲ ਰੱਖ ਰਹੇ ਹੋ ਉਹਨਾਂ ਦੀ ਟੇਕ ਕੇਅਰ ਕਰ ਰਹੇ ਹੋ ਇਟ ਹੈਜ਼ ਅ ਲੋਟ ਟੂ డు ਵਿਦ ਜਸਟ ਅ ਕਿਸੇ ਕੇ ਡੈਮੋਗ੍ਰਾਫਿਕਸ ਕਪੈਸਿਟੀ ਹੈ ਨਾ ਇੱਕ ਆਮ ਆਦਮੀ ਦੀ ਇੱਕ ਛੋਟੇ ਮਜ਼ਦੂਰ ਦੀ ਜਾਂ ਛੋਟੇ ਆਮ ਕਿਸਾਨ ਦੀ ਕੈਪੇਬਿਲਿਟੀ ਜਿੱਥੇ ਜ਼ਮੀਨ ਦੀ ਗੱਲ ਆਉਂਦੀ ਹੈ ਤੁਹਾਨੂੰ ਇਸ ਚੀਜ਼ ਲਈ ਜ਼ਮੀਨ ਨੈਸੈਸਰੀ ਨਹੀਂ ਹੈ as opposed to crops ٹھیک ہے right हाँ. so uh, this is one thing جتھے um, you know of course conversation zyada nahi ho ri um in addition to the uh, uh, benefits of income um lack of necessity for land ا دے وچ ایک جو مطلب میں کہو گی اد تو ود پورشن اف سوسائٹی ہے گا فی میل انوولومنٹ بھی رول پلے کر دی ہے ا دے بارے ਤੁਸੀਂ کی نمبر ساڈے نال شیئر کر سکدے ہو ہاں جی ا دے چ ਜਿਹੜੀਆਂ ਡੈਮੋਗ੍ਰਾਫਿਕਸ ਐ ਦੀਆਂ ਲਾਈਫਸਟਾਕ ਸੈਕਟਰ ਦੇ ਵਿੱਚ 8 ਤੋਂ 9% ਜਿਹੜੀ ਟੋਟਲ ਫੋਰਸ ਆਂਡੀਆਂ ਦੀ ਹਾਂਜੀ ਉਹ ਇਹਦੇ ਵਿੱਚ ਇਨਵਾਲਵ ਹੈ ਐਗਰੀਕਲਚਰ ਚ 50 ਹੈ ਨੋ ਡਾਊਟ ਪਰ ਉਹ 50 ਦੇ ਵਿੱਚੋਂ ਅਗਰ ਟੋਟਲ ਅਸੀ ਇੰਡੀਆ ਦਾ ਵੇਖੇ ਤਾਂ 10% ਦੇ ਲਾਗੇ ਲਾਈਫਸਟਾਕ ਚ ਵੀ ਹੈਗੇ ਜੀ ਜੀ ਜਿਹੜੇ 75% ਲਾਈਫਸਟਾਕ ਹੈ ਹਾਂਜੀ ਥਿਸ ਇਜ਼ ਓਨਡ ਬਾਈ ਲੈਂਡਲੈਸ ਸਮਾਲ ਮਾਰਜਨਲ ਐਂਡ ਮੀਡੀਅਮ ਫਾਰਮਰਸ ਐਂਡ ਰੂਰਲ ਏਰੀਆਜ਼ ਸੋ ਦੇਖੋ ਇਹਨਾਂ ਦੀ ਕਿੰਨੀ ਇੰਪੋਰਟੈਂਸ ਹੈ ਅਰੇ ਉਹ ਲੋਕ ਹੈ ਥਿਸ ਇਜ਼ ਅ ਡਿਸਐਡਵਾਂਟੇਜ ਸੋਸਾਇਟੀ ਇਨ ਆਵਰ ਡੈਮੋਕ੍ਰੇਸੀ ਔਰ ਇਹਨਾਂ ਵਾਸਤੇ ਸਾਨੂੰ ਕੁਛ ਨਾ ਕੁਛ ਜ਼ਿਆਦਾ ਕਰਨਾ ਚਾਹੀਦਾ ਜੀ ਆਫ ਕੋਰਸ ਔਰ ਇਹਦੇ ਵਿੱਚ ਦੂਜੀ ਇਹ ਹੋਰ ਚੀਜ਼ ਹੈ ਅਗਰ ਅਸੀਂ ਸ਼ੇਅਰ ਆਫ ਵਰਕਿੰਗ ਔਮਨ ਦੇਖੀਏ ਪਰ 1000 ਮੈਨ ਦੇ ਵਿੱਚ 10 ਹੈ 1000 ਪਿੱਛੇ ਜਿਹੜੀਆਂ ਲੇਡੀਜ਼ ਐ ਊਮਨ ਇਹਦੇ ਵਿੱਚ 88 ਐ ਇਨ ਰੂਰਲ ਏਰੀਆ ਵਾਓ ਇਨ ਅਰਬਨ ਏਰੀਆ men 6 ਐ ਐਂਡ women 26 ਜੀ ਅਰੇ ਦੇ ਨਾਲ ਕੀ ਫਾਇਦਾ ਐ ਜੀ ਜਿਹੜੀ ਫੈਮਿਲੀ ਦੀ ਊਮਨ ਐ ਬੇਸ਼ੱਕ ਉਹ ਥੋੜੀ ਘੱਟ ਪੜੀ ਐ ਲੈਸ ਸਕਿਲਡ ਐ ਉਹ ਇਹ ਥੋੜੀ ਜੀ ਟ੍ਰੇਨਿੰਗ ਤੋਂ ਬਾਅਦ ਇਹਨੂੰ ਚਲਾ ਸਕਦੀ ਐ ਔਰ ਉਹਦੇ ਨਾਲ ਜਿਹੜਾ ਹਸਬੰਡ ਐ ਐਜ਼ ਅ ਮੇਨ ਬ੍ਰੈਡਵਿਨਰ ਉਹਦੇ ਕੋਲ ਟਾਈਮ ਸਪੇਅਰ ਹੋ ਜਾਂਦਾ ਉਹ ਆਪਣੀ ਕਿਤੇ ਨੌਕਰੀ ਹੋਰ ਕਰਦਾ। ਪਰ ਇਹਦੇ ਨਾਲ ਇੱਕ ਹੋਰ ਚੀਜ਼ ਹੈ ਜਿਹੜੇ ਸਕੂਲ ਗoing ਬੱਚੇ ਹੈ ਜਿਹੜੇ 14 ਤੋਂ 18 ਸਾਲ ਜਿਹੜੇ ਹਲੇ ਪੇਰੈਂਟਸ ਦੇ ਨਾਲ ਰਹਿੰਦੇ ਆ ਉਹਨਾਂ ਦੀ ਮੰਮੀ ਉਹਨੂੰ ਉਹਨਾਂ ਨੂੰ ਇਨਵਾਲਵ ਕਰਕੇ ਉਹਨਾਂ ਨੂੰ ਇਹ ਕੰਮ ਤੋਂ ਲਾਉਂਦੀ ਆ। ਸੋ ਫੈਮਿਲੀ ਨੂੰ ਥੋੜਾ ਜਿਹਾ ਇਨਕਮ ਹੋ ਜਾਂਦੀ ਆ। ਅ ਸਰ ਯੂ نو ਵਾਂਸ ਅਗੇਨ ਗੱਲ ਨਹੀਂ ਹੋ ਰਹੀ ਆਈ ਆਮ ਆਈ ਵਿਲ ਆਸਕ ਯੂ ਮਜ਼ਰੂਤ ਔਰ ਤੋ ਪੁੱਛਾਂਗੀ ਕਿ ਕਿਉਂ ਗੱਲ ਨਹੀਂ ਹੋ ਰਹੀ ਇਹਦੀ ਆਮ ਦੈਟਸ ਮੋਰ ਆਫ ਅ ਪੋਲੀਟਿਕਲ ਮੇਬੀ ਅ ਸੋਸਾਇਟਲ ਆਨਸਰ ਫਰਮ ਯੂਰ ਐਂਡ ਬਟ ਬਿਫੋਰ ਦੈਟ ਹਲੇ ਇਸ ਇੰਡਸਟਰੀ ਨੂੰ ਥੋੜਾ ਜਿਹਾ ਮੈਂ ਹੋਰ ਡਿਸਕਸ ਕਰਨਾ ਚਾਹੁੰਦੀ ਆ ਤੁਹਾਡੇ ਖਿਆਲ ਚ ਲਾਈਵ ਸਟਾਕ ਸੈਕਟਰ ਦਾ ਕਿਸ ਤਰ੍ਹਾਂ ਦਾ ਸਕੋਪ ਆ ਇੰਡੀਆ ਦੇ ਵਿੱਚ ਅਗੇ ਲਾਈਵ ਸਟਾਕ ਦਾ ਜਿਹੜਾ ਸਕੋਪ ਹੈ ਉਹ ਤਾਂ ਬਹੁਤ ਵਾਸਟ ਹੈ ਹੂੰ ਖੁਰੇ ਇੰਨਾ ਜਿਆਦਾ ਵਾਸਟ ਹੈ ਵੀ ਅਗਰ ਜੇ ਨੂੰ ਦੇਖੋ ਇੱਕ ਤਾਂ ਡੇਰੀ ਫਾਰਮਿੰਗ ਕਰਨ ਲੋਕ ਹੂੰ ਨੰਬਰ 2 ਪੋਲਟਰੀ ਰੀਅਰਿੰਗ ਕਰਨ ਹੂੰ ਫॉर ਮੀਟ ਫॉर ਐਗਸ ਸ਼ੀਪ ਐਂਡ ਗੋਟ ਗੋਟ ਫॉर ਮੀਟ ਐਂਡ ਮਿਲਕ ਗੋਟ ਮਿਲਕ ਦੀ ਮੈਡੀਸਨਲ ਵੈਲਿਊ ਬਹੁਤ ਜਿਆਦਾ ਹੈ ਜੀ ਔਰ ਇਹ ਇੰਡੀਆ ਦੇ ਵਿੱਚ ਵੈਸੇ ਵੀ ਨੰਬਰ 2 ਜਾਂ ਨੰਬਰ 3 ਤੇ ਗੋਟਸ ਹੈਗੇ ਜੀ ਸ਼ੀਪ ਤੋਂ ਮੀਟ ਪਲੱਸ ਵੂਲ ਜੀ ਫਿਰ ਜਿਹੜੀ ਪਿਗਰੀ ਹੈ ਪਿਗਰੀ ਬਹੁਤ ਇੱਕ ਬੈਨੀਫੀਸ਼ੀਅਲ ਤੰਦਾ ਹੈ ਪਰ ਥੋੜਾ ਜਿਹਾ ਲੋਕਾਂ ਨੇ ਜਦੋਂ ਇਹ ਚੱਲਿਆ ਬਈ ਇਟਸ ਅ ਲिटल ਸਮੈਲੀ ਐਂਡ ਸਟਿੰਕੀ ਪਰ ਇਹ ਬਹੁਤ ਇੱਕ ਪਿਗ ਕਹੇ ਜਾ ਜਾਨਵਰ ਹੈ ਮੀਟ ਵਾਸਤੇ ਜਿਹੜਾ ਥੋੜੇ ਫੂਡ ਦੇ ਨਾਲ ਲੋ ਕੁਆਲਟੀ ਫੂਡ ਦੇ ਨਾਲ ਇੱਕ ਹਾਈ ਐਫੀਸ਼ੀਐਂਸੀ ਮੀਟ ਪ੍ਰੋਡਿਊਸ ਕਰ ਸਕਦਾ ਸੋ ਹੁਣ ਆਸਾਮ ਦੇ ਵਿੱਚ ਬਹੁਤ ਲੋਕਾਂ ਨੇ ਰੱਖਿਆ ਜੀ ਜੀ ਤੋ ਇਹ ਇੱਕ ਬੜੀ ਇਨਕਮ ਵਾਲਾ ਹੈ ਫਿਰ ਫਿਸ਼ਰੀ ਕਰ ਸਕਦੇ ਆ ਫਿਰ ਐਨੀਮਲ ਬਾਈ ਪ੍ਰੋਡਕਟ ਇਵਨ ਜਿਹੜੀ ਗੋਦੰਗ ਐਨੀਮਲ ਡੰਗ ਐਂਡ ਵੇਸਟ ਮਿਨਿਓਰ ਕਰਕੇ ਕਈ ਹੋਰ ਪ੍ਰੋਡਕਟ ਬਣਦੇ ਆ ਲੱਖਾਂ ਦੀ ਇਹਦੇ ਚ ਇਨਕਮ ਹੈ ਫਿਰ ਜਿਹੜੇ ਵੇਸਟ ਪ੍ਰੋਡਕਟ ਵੈਸੇ ਚਲੇ ਜਾਂਦੇ ਆ ਅਸੀਂ ਨਵੀਂ ਟੈਕਨੋਲੋਜੀ ਨਾਲ ਇਹਨੂੰ ਯੂਜ਼ ਕਰ ਸਕਦੇ ਆ ਫਿਰ ਫੀਡ ਮੀਲਸ ਲਾਓ ਇਹਨਾਂ ਦਾ ਖਾਣਾ ਚਾਰਾ ਬਣੇਗਾ ਐਂਡ 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 ਡਾਕਟਰ ਸਾਹਿਬ ਯੂ نو ਵਾਂਸ ਅਗੇਨ ਕਮਿੰਗ ਬੈਕ ਟੂ ਯੂ نو ਇਹ ਜੋ ਤੁਹਾਡੀ ਨੋਲੇਜ ਹੈਗੀ ਅਮ ਇਨ ਨੂੰ ਅਗਰ ਆਪਾਂ ਅੱਜ ਦੀ ਡੇਟ ਵਿੱਚ ਜੋ ਕਰੰਟ ਕੰਟੈਕਸਟ ਹੈਗਾ ਉਹਦੇ ਵਿੱਚ ਅਪਲਾਈ ਕਰਨਾ ਹੋਏ ਅੱਜ ਜਦੋਂ ਆਪਾਂ ਕਿਸਾਨੀ ਦੀ ਗੱਲ ਕਰਦੇ ਆ ਯੂ نو ਜੋ ਆਪੋਜੀਸ਼ਨ ਨੈਰੇਟਿਵ ਹੈ ਉਹ ਇਹੀ ਕਹਿ ਰਿਹਾ ਕਿ ਜੋ ਕਿਸਾਨੀ ਮੁੱਦਾ ਹੈ ਜਾਂ ਬਿਲਜ਼ ਦਾ ਜੋ 네ਗੇਟਿਵ ਇਮਪੈਕਟ ਹੈ ਉਹ ਕੁਝ ਏਰੀਆਜ਼ ਦੇ ਵਿੱਚ ਹੀ ਜ਼ਿਆਦਾ ਲਾਗੂ ਹੁੰਦਾ ਹੈ ਪੰਜਾਬ ਹਰਿਆਣਾ ਨਾਰਥਰਨ ਇੰਡੀਆ ਦੇ ਵਿੱਚ ਜ਼ਿਆਦਾ ਐਮਐਸਪੀ ਦਾ ਚੱਕਰ ਹੈ ਨਾ ਕਿਸਾਨੀ ਖੇਤੀਬਾੜੀ ਦਾ ਚੱਕਰ ਹੈਗਾ ਬਾਕੀ ਇੰਡੀਆ ਵਿੱਚ ਇੰਨਾ ਕੋਈ ਵੱਡਾ ਉਹ ਮਸਲਾ ਨਹੀਂ ਨਹੀਂ ਆ ਬਟ ਅਗਰ ਤੁਸੀਂ ਪੋਲਟਰੀ ਐਂਡ ਲਾਈਵ ਸਟਾਕ ਨੂੰ ਇਹਦੇ ਵਿੱਚ ਇਨਕਲੂਡ ਕਰੋ ਇਹ ਤਾਂ ਪੂਰੇ ਇੰਡੀਆ ਦਾ ਮਸਲਾ ਬਣ ਜਾਂਦਾ ਰਾਈਟ ਅਗਰ ਫਿਸ਼ਰੀਜ਼ ਦੀ ਤੁਸੀਂ ਕੇਲੀ ਦੀ ਗੱਲ ਕਰ ਲਓ ਸਾਊਥ ਦੇ ਵਿੱਚ ਕਿੰਨੀ ਵੱਡੀ ਮਾਰਕੀਟ ਆਈ ਥਿੰਕ ਤੁਸੀਂ ਮੈਨੂੰ ਦੱਸ ਰਹੀ ਸੀ ਆਂਧਰਾ ਪ੍ਰਦੇਸ਼ ਤਾਮਿਲਨਾਡੂ ਫਰਸਟ ਐਂਡ ਸੈਕੰਡ ਇਨ ਪੋਲਟਰੀ ਰਾਈਟ ਸੋ ਵਾਂਸ ਅਗੇਨ ਅਗਰ ਆਪਾਂ ਗੱਲ ਕਰਨੀ ਹੋਈ ਸਕੋਪ ਦੀ ਥਿਸ ਇਜ਼ ਅ ਪਾਰਟ ਆਫ ਐਗਰੀਕਲਚਰ ਲਾਈਵ ਸਟਾਕ ਇਜ਼ ਜੋ ਪੂਰੇ ਕੰਟਰੀ ਨੂੰ ਟੱਚ ਕਰਦਾ ਹੈ ਬਟ ਅੱਜ ਇਹ ਡਿਸਕਸ ਨਹੀਂ ਹੋ ਰਿਹਾ ਐਨੀ ਥੌਟਸ ਵਾਈ ਵੈਸੇ ਬੜਾ ਮੈਨੂੰ ਆਪ ਵੀ ਨੇ ਸਮਝ ਆਈ ਕਿ ਜਿਹੜੀ ਸਾਡੀ ਐਗਰੀਕਲਚਰ ਮਿਨਿਸਟਰੀ ਇੰਡੀਆ ਹੈ ਹੂੰ ਉਹਦੇ ਵਿੱਚ ਇੱਕ ਕ੍ਰਾਪ ਦਾ ਮਹਿਕਮਾ ਹੈ ਉੱਥੇ ਔਰ ਦੂਸਰਾ ਐਨੀਮਲ ਹਸਬੈਂਡਰੀ ਕਮਿਸ਼ਨਰ ਹੈ ਔਰ ਇੱਕ ਬੜਾ ਵੱਡਾ ਪਾਰਟ ਹੈ ਔਰ ਬੜਾ ਵੱਡਾ ਇੱਕ ਜਿਹੜਾ ਕੈਪੀਟਲ ਇਨਫਰਾਸਟ੍ਰਕਚਰ ਹੈਗਾ ਇੰਡੀਆ ਦਾ ਉਹ ਲਾਈਫਸਟਾਕ ਚ ਹੈ ਇਹਨਾਂ ਦੀ ਕੋਈ ਗੱਲ ਹੀ ਨਹੀਂ ਕਰ ਰਹੇ ਔਰ ਫਿਰ ਇੱਕ ਇਹ ਚੀਜ਼ ਹੈ ਜਿਵੇਂ ਤੁਸੀਂ ਵੀ ਦੱਸਿਆ ਵੀ ਇਹਨੂੰ ਕਿੱਥੇ ਹੀ ਲਾ ਲੋ ਯਾਹ ਅਗਰ ਜੇ ਪਾਣੀ ਨਹੀਂ ਹੈ Rajasthan ਚ ਉਥੇ ਪੇਡਾ ਬੱਕਰੀਆਂ ਰੱਖ ਲੋ ਪੋਲਟਰੀ ਕਿਸੇ ਵੀ ਜਗ੍ਹਾ ਤੇ ਹੋ ਸਕਦੀ ਹੈ ਕਿਉਂਕਿ ਅੱਜ ਕੱਲ ਉਹ ਦੇ ਕਮਰਸ਼ੀਅਲ ਰੇਰਿੰਗ ਸ਼ੈਡਸ ਬਣ ਗਏ ਆ ਫਿਰ ਫਿਸ਼ਰੀ ਹੈ ਜਿਹਦੇ ਵਾਸਤੇ ਪਾਣੀ ਚਾਹੀਦਾ ਪਰ ਆਪਾਂ ਜਿੱਥੇ ਪਾਣੀ ਹੈਗਾ ਉਥੇ ਲਾ ਸਕਦੇ ਆ ਡੇਰੀ ਕਿਤੇ ਖੋਲ ਸਕਦੇ ਆ ਤੁਹਾਨੂੰ ਜ਼ਮੀਨ ਦੀ ਲੋੜ ਨਹੀਂ ਅਗਰ ਛੋਟਾ ਫਾਰਮਰ ਹੈ even landless han ji landless wale ki kar sakde sirf eh hai ke sanu unna nu capital de diye aur oh apna career kar le and you think that um, you know in the us we have this um, uh, <coughs> cooperative method hai na coops kende honna nu right uh, cooperative operations right coop oh di short form ban jandi hai agar is tarah da koi method apnana hoye india de vich is scenario de vich how would you uh, describe that cooperatives in india vich ਕਾਫੀ ਜ਼ਿਆਦਾ ਚੱਲ ਵੀ ਰਹੀ ਹੈ ਹਮਮ ਜਸਟ ਵੀ ਅੱਜ ਅਸੀਂ ਆਪਾਂ ਡੇਰੀ ਦੀ ਗੱਲ ਕਰ ਰਹੇ ਹਾਂ ਇੱਕ ਲੱਖ ਤੋਂ ਜ਼ਿਆਦਾ ਮਿਲਕ ਕੋਆਪਰੇਟਿਵਸ ਇੰਡੀਆ ਚ ਹੈਗੇ ਆ ਅੱਛਾ ਜੀ 1 ਲੱਖ ਬਹੁਤ ਵਾਓ ਹਾਂਜੀ ਹੁਣ ਜਿਵੇਂ ਗੁਜਰਾਤ ਸਟੇਟ ਹੈ ਹਾਂਜੀ ਜਿੱਥੋਂ ਦੇ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਵੀ ਹੈਗੇ ਆ ਚੁੱਪ ਕਰਕੇ ਇਹਨਾਂ ਨੂੰ ਅਖਬਾਰਾਂ ਚ ਲੋਕਾਂ ਨੇ ਲਿਖਿਆ ਵੀ ਹੈ ਵੀ ਜਿਹੜਾ ਅਮੋਲ ਡੇਰੀ ਹੈ ਉਹਦੇ ਸਿਸਟਮ ਨੂੰ ਸਾਰੇ ਕੰਟਰੀ ਚ ਰਿਪੀਟ ਕਰ ਦਿਓ ਬੜਾ ਅੱਛਾ ਸਿਸਟਮ ਹੈ ਜੀ ਗੁਜਰਾਤ ਦੀ ਮਿਲਕ ਤੋਂ ਜਿਹੜੀ ਇਨਕਮ ਹੈ ਲੋਕਾਂ ਦੀ ਉਹ 25% ਹੈ ਹਰਿਆਣੇ ਚ 24 ਪੰਜਾਬ ਵਿੱਚ 20 20% ਬਹੁਤ ਹੁੰਦਾ ਜੀ ਜੀ ਸੋ ਇਹ ਇਹਦਾ ਇਹ ਕਹਿ ਰਿਹਾ ਲਾਈਵਸਟਾਕ ਸੈਕਟਰ ਹੈ ਜਿਹਦੇ ਉੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਜੀ ਇਹ politicans government alike ਜਿਹੜੇ ਸਾਡੇ ਬਿਊਰੋਕਰੇਟਸ ਹਨ ਉਹ ਵੀ ਇੱਥੇ ਧਿਆਨ ਦੇਣ ਤੇ ਬਹੁਤ ਵੱਡਾ ਇੱਕ ਲੋਕਾਂ ਦਾ ਸਾਧਨ ਅੱਛਾ ਬਣ ਸਕਦਾ ਜੀ ਆਮ ਬਟ ਇਨ ਐਨੀ ਕੇਸ ਯੂ ਨੋ ਗਵਰਨਮੈਂਟ ਕਿਸ ਪਾਸੇ ਆਪਣਾ ਫੋਕਸ ਪਾਰੇ ਕਿਸ ਪਾਸੇ ਨਹੀਂ ਪਾਰੇ ਇਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਖਾਸ ਕਰਕੇ ਕੁਝ ਗਵਰਨਮੈਂਟ ਸਕੀਮਸ ਜੋ ਹੁਣ ਪਬਲਿਕ ਨੋਲੇਜ ਬਣ ਚੁੱਕੀਆਂ ਪਾਵੇਂ ਉਹ ਇਨਕਮ ਡਬਲਿੰਗ ਹੋਏ ਜਾਂ ਹੋਰ ਵੱਖ-ਵੱਖ ਸਕੀਮਾਂ ਦੀ ਗੱਲ ਕਰਾਂਗੇ ਇਹਦੇ ਇੱਕ ਹੋਰ ਛੋਟੀ ਜਿਹੀ ਬ੍ਰੇਕ ਰੁਕਦੇ ਆਂ ਡਾਕਟਰ ਬਾਜਵਾ ਦੇ ਕੋਲ ਪਹੁੰਚੇ ਆਂ ਤੁਸੀਂ ਵੀ ਸਾਡੇ ਨਾਲ ਇਸ ਤਣ ਜੁੜੇ ਰੋ ਮਿਲਦੇ ਆਂ ਬ੍ਰੇਕਫਾਸਟ ਬਾਅਦ ਬ੍ਰੇਕ ਤੋਂ ਬਾਅਦ ਮੁਰਹਾਜ਼ਰ ਹੋਇਆ ਪਹੁੰਚਿਆ ਨੇਪਰਵਿਲ ਇਲਿਨੋਇ ਜੋ ਕਿ ਸ਼ਿਕਾਗੋ ਦਾ ਇੱਕ ਸਬੁਰਬ ਹੈ ਸਾਡੇ ਖਾਸ ਨਾਰਮਲੀ ਉਹ ਕਮੈਂਟ ਕਰਦੇ ਹੁੰਦੇ ਆ ਪ੍ਰੋਗਰਾਮ ਦੇ ਵਿੱਚ ਬਟ ਅੱਜ ਉਹ ਸਾਡੇ ਖਾਸ ਮਹਿਮਾਨ ਹਨ ਜਾਂ ਮੈਂ ਕਵਾਂਗੀ ਆਪਾਂ ਉਹਨਾਂ ਦੇ ਖਾਸ ਮਹਿਮਾਨ ਬਣਿਆ ਪਹੁੰਚੇ ਹਨ ਡਾਕਟਰ ਰਿਸ਼ਪਾਲ ਸਿੰਘ ਬਾਜਵਾ ਦੇ ਕੋਲ ਡਾਕਟਰ ਬਾਜਵਾ ਤੁਹਾਡੀ ਜੋ ਐਕਸਪਰਟਿਸ ਹੈ ਖਾਸ ਕਰਕੇ ਐਗਰੀਕਲਚਰ ਦਾ ਜੋ ਇੱਕ ਹਿੱਸਾ ਹੈ ਲਾਈਵਸਟਾਕ ਦੇ ਵਿੱਚ ਮੈਂ ਕਵਾਂਗੀ ਇਟ ਇਸ ਟੂ ਐਗਰੀਕਲਚਰ ਕrops ਐਂਡ ਲਾਈਵਸਟਾਕ ਆਰ ਹੈਂਡ ਇਨ ਹੈਂਡ ਜਸਟ ਐਨਟੋਸੀ ਡਿਸਕ੍ਰਾਈਬ ਡਿਸਕ੍ਰਾਈਬ ਕੀਤਾ ਰਾਈਟ ਆਮ ਲਾਈਵ ਸਟਾਕ ਹਾਊਏਵਰ ਹੈਸ ਬੀਨ ਅੰਡਰਰੇਟਿਡ ਮਤਲਬ ਇਸ ਏਰੀਆ ਦੇ ਵਿੱਚ ਜਿੰਨਾ ਕੁ ਫੋਕਸ ਹੋਣਾ ਚਾਹੀਦਾ ਸੀ ਸਪੈਸ਼ਲੀ ਟੁਡੇ ਜਦੋਂ ਕਿਸਾਨੀ ਮੁੱਦਾ ਨੇ ਵੱਡੇ ਲੈਵਲ ਤੇ ਬਣਿਆ ਹੋਇਆ ਉਹ ਉਹਨਾ ਨਹੀਂ ਰਿਹਾ ਕਿਸਾਨ ਮੁੱਦੇ ਨੂੰ ਲੈ ਕੇ ਕੁਝ ਇਹੋ ਜੀ ਗਵਰਨਮੈਂਟ ਸਕੀਮਸ ਆਮ ਅੱਜ ਕਾਫੀ ਪਪੂਲਰ ਹੋ ਚੁੱਕੀਆਂ ਐਂਡ ਨਾਟ ਫॉर ਐਨੀ ਗੁੱਡ ਰੀਜ਼ਨ ਅਨਫੋਰਚਨਟਲੀ ਆਮ ਖਾਸ ਕਰਕੇ ਸਰਕਾਰ ਦੀ ਇੱਕ ਸਕੀਮ ਕਿ ਤੁਹਾਡੀ ਇਨਕਮ ਡਬਲ ਹੋ ਜਾਊਗੀ ਇਹ ਬਹੁਤ ਉਹਨਾਂ ਨੇ ਪ੍ਰੋਮੋਟ ਕੀਤੀ ਹੈ ਐਗਰੀਕਲਚਰ ਇੰਡਸਟਰੀ ਦੇ ਵਿੱਚ ਹਾਊਐਵਰ ਤੁਹਾਡਾ ਕੈਨ ਹੈ ਕਿ ਇਸ ਸਕੀਮ ਦੇ ਵਿੱਚ ਕੁਝ ਫਲੌਸ ਹਨ ਖਾਸ ਕਰਕੇ ਜਿੱਥੇ ਕ੍ਰੌਪਸ ਹਨ ਬਟ देयर इज एन ਆਲਟਰਨੇਟਿਵ ਸੁਜੈਸ਼ਨ ਫਰਸਟ ਲੈਟਸ ਸਟਾਰਟ ਵਿਦ ਜੋ ਇਹ ਗਵਰਨਮੈਂਟ ਸਕੀਮ ਹੈਗੀ ਕਿ ਇਨਕਮ ਡਬਲਿੰਗ ਦੀ ਇਹਦੇ ਵਿੱਚ ਕੀ ਕੁਝ ਇਸ਼ੂਸ ਹੈਗੇ ਜਿਸ ਤਰ੍ਹਾਂ ਤੁਸੀਂ ਅੰਡਰਸਟੈਂਡ ਕਰਦੇ ਹੋ ਅਸ਼ਮਿਤਾ ਜੀ ਪੋਲੀਟੀਕਲੀ ਤਾਂ ਅਸੀਂ ਕੁਝ ਵੀ ਕਹਿ ਸਕਦੇ ਹਾਂ ਇਹ ਤੇ ਦੋ ਮੈਂ ਕਹਿੰਦਾ ਇਹਨਾਂ ਨੇ ਕੱਟ ਕੇ ਹੀ ਬੇਸ਼ੱਕ ਚਾਰ ਕਹਿ ਦਿੰਦੇ ਅਰੇ ਅਗੇ 2016 ਚ ਹੋਈ ਸੀ ਇਹ ਸਟੇਟਮੈਂਟ ਜੀ ਤੇ ਹੁਣ ਆਪਾਂ 21 ਚ ਆ ਗਏ ਤੇ 9 ਮਹੀਨੇ ਰਹਿ ਗਏ 2022 ਨੂੰ ਆਉਣ ਨੂੰ ਪਰ ਆਪਾਂ ਡਾਟਾ ਦੇਖ ਲੈਨੇ ਜੋ ਕਨਵੈਸਟ ਨੇ ਕਿਹਾ ਵੀ ਅਜ ਤੱਕ ਉਹ ਕੀ ਹੈ ਪਰ ਅੱਗੇ ਕਿਵੇਂ ਅਗਰ ਇਹ ਪੰਜ ਸਾਲਾਂ ਦੇ ਵਿੱਚ ਜਿਹੜੀ ਇੰਡੀਆ ਦੀ ਜੀਡੀਪੀ ਸੀਗੀ ਹੂੰ 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 2016 ਤੋਂ ਲੈ ਕੇ ਅੱਜ ਤੱਕ ਇਹ ਫਲਕਚੂਏਟ ਕੀਤੀ ਹੈ 7 ਤੋਂ 8% ਦੇ ਵਿੱਚ ਜੀਡੀਪੀ ਐਵਰੇਜ ਹੂੰ ਜਿਹੜੀ ਐਗਰੀਕਲਚਰ ਦਾ ਇਨਕਮ ਰੇਟ ਸੀਗਾ ਫਾਰਮਰਸ ਦਾ ਹੂੰ ਐਗਰੀਕਲਚਰ ਤੋਂ ਕ੍ਰੌਪ ਤੇ ਲਾਈਫਸਟਾਕ ਤੋਂ ਉਹਦੀ ਗਰੋਥ ਰੇਟ ਹੋਈ ਹੈ 3.5 ਤੋਂ ਲੈ ਕੇ 4.5 ਤੱਕ ਜਿਹੜੀ ਜ਼ਿੰਮੇਵਾਰੀਆਂ ਦੇ ਪੱਲੇ ਪੈਂਦੀ ਹੈ ਆਫਟਰ ਅਡਜਸਟਿੰਗ ਵਿਦ ਦਾ ਇਨਫਲੇਸ਼ਨ ਜੀ ਅਗਰ ਉਹਨੇ ਇਹੀ ਡਾਟਾ ਜਿਹੜਾ ਸਾਡੇ ਸਾਹਮਣੇ ਆ ਇਹ ਡਾਟਾ ਵੀ ਨਹੀਂ ਹੈ ਇਹ ਹਕੀਕਤ ਹੈ ਅਗਰ ਅਸੀਂ ਇਹਨੂੰ ਲੈ ਕੇ ਚੱਲੀਏ ਤਾਂ ਇਹਦੇ ਨਾਲ ਤਾਂ ਜਿਹੜੀ ਇਨਕਮ ਹੈ 20 ਸਾਲ ਲੱਗਣਗੇ ਜੀ ਇਹਨੂੰ ਪੂਰੀ ਕਰਨ ਨੂੰ ਅਗਰ ਇਹ 15% ਤੇ ਜੀ ਡੀ ਪੀ ਇੰਡੀਆ ਦੀ ਚੱਲੇ ਜੀ 16 ਤੋਂ ਅਗਰ 15% ਚੱਲਦੀ ਤਾਂ 22 ਚ ਬਣਨੀ ਸੀ ਅਗਰ ਅਸੀਂ ਇਹਨੂੰ ਹੁਣ ਵੀ 15 ਤੇ ਰਿਹਾਈਏ ਤੇ ਇਹਨੂੰ ਘੱਟੋ ਘੱਟ 4 ਸਾਲ ਤਾਂ ਹੋਰ ਲੱਗਣਗੇ ਵਾਓ ਕਰੋਨ 15 ਨੂੰ ਲਿਆਉਣ ਨੂੰ ਵਾਸਤੇ ਜਿਹੜੀ ਜੀਡੀਪੀ ਇੰਡੀਆ ਦੀ ਜਿਹੜੀ 7 8 ਤੇ ਘੁੰਮ ਰਹੀ ਹੈ ਜੀ ਆ ਕੋਵਿਡ ਆ ਗਿਆ ਇਹਨੇ ਹੋਰ ਥੱਲੇ ਲੈ ਜਾਂਦੀ ਹੈ ਸੋ ਇਸ ਕਰਕੇ ਬਹੁਤ ਕੇਅਰਫੁਲ ਇੱਥੇ ਹੋਣਾ ਚਾਹੀਦਾ ਜੀ ਔਰ ਠੀਕ ਹੈ ਪੋਲੀਟੀਕਲ ਸਟੇਟਮੈਂਟ ਹੈ ਪਰ ਇਹ ਇਸ ਤਰ੍ਹਾਂ ਪੂਰਾ ਵਾਰਾ ਨਹੀਂ ਕਰਦੀ ਬਟ ਸਰ ਯੂ نو ਆਫਕੋਰਸ ਇਹ ਸਕੀਮ ਕਰਪਸ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਇਹ ਨੰਬਰ ਸਾਨੂੰ ਦੱਸਿਆ ਹੈ ਅਮ ਇਨੀ ਮਤਲਬ ਫੀਜ਼ੀਬਲ ਨਹੀਂ ਲੱਗਦੀ ਹਾਊਏਵਰ ਤੁਹਾਡੇ ਕੋਲ ਤੁਸੀਂ ਇੱਕ ਅਲਟਰਨੇਟਿਵ ਰეკਮੈਂਡੇਸ਼ਨ ਇੱਥੇ ਆਫਰ ਕਰ ਸਕਦੇ ਹੋ that there is another way that ਇਹਨੂੰ ਕਿੱਥਾ ਜਾ ਸਕਦਾ ਹੈ ਹਾਂਜੀ ਹੈ ਜੀ ਦੇਖੋ ਪਹਿਲੀ ਤਾਂ ਗੱਲ ਹੈ ਜਿਵੇਂ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਕਿ ਲਾਈਵ ਸਟਾਕ ਦਾ ਜਿਹੜਾ ਸਕੋਪ ਹੈ ਇਹ ਬਹੁਤ ਏਰੀਆ ਹੈ ਜਿਵੇਂ ਡੇਰੀ ਪੋਲਟਰੀ ਫਿਸ਼ਰੀ ਜੀ ਪਰ ਆਪਾਂ ਇੱਕ ਐਗਜ਼ਾਮਪਲ ਲੈਨੇ ਮਿਲਕ ਜੀਟ ਤੋਂ ਲੈਨੇ ਜੀ ਅੱਜ ਇੰਡੀਆ ਦੇ ਵਿੱਚ ਜਿਹੜੀ ਮਿਲਕ ਪ੍ਰੋਡਕਸ਼ਨ ਹੈ ਇਹ 25th ਰੈਂਕ ਤੇ ਹੈ ਅਗਰ ਆਪਾਂ ਦੁਨੀਆ ਨਾਲ ਕੰਪੇਅਰ ਕਰੀਏ ਵਾਓ ਓਕੇ ਆ ਇਹ ਜਿਹੜੀ ਸਿਰਫ ਹੈ ਇਹ ਕੋਈ 1200 ਕਿਲੋ ਦੇ ਲੱਗੇ ਹੈ ਸਲਨ ਜੀ ਅਗਰ ਉਹ 300 ਦਿਨਾਂ ਦਾ ਲੈਕਟੇਸ਼ਨ ਪੀਰੀਅਡ ਗਿਣ ਲਈਏ ਜੀ ਤੇ ਇੰਨਾ ਬਣਦਾ ਪਰ ਜੇ ਅਸੀਂ ਹੋਰ ਦੇਖਦੇ ਹਾਂ ਸਾਊਦੀ ਅਰੇਬੀਆ ਹੂੰ ਉੱਥੇ ਵੇਖੋ ਕੋਈ ਪਾਣੀ ਨਹੀਂ ਹੈ ਕੋਈ ਫਸਲਾਂ ਨਹੀਂ ਹੈ ਉਹ ਉਹਨਾਂ ਨੇ ਇਹੋ ਜਿਹੀਆਂ ਬਰੀਡਸ ਉੱਥੇ ਲੈ ਕੇ ਰੱਖ ਲਈਆਂ ਬਾਹਰੋਂ ਲਿਆ ਕੇ ਅਡਾਪਟ ਕਰਾ ਲਈਆਂ ਉਹ 10000 ਕਿਲੋ ਸਾਲ ਦਾ ਕਰਦੇ ਜੀ ਇਵੇਂ ਇਜ਼ਰਾਈਲ ਹੈ ਉੱਥੇ ਵੀ ਕੋਈ ਐਗਰੀਕਲਚਰ ਨਹੀਂ ਹੈ ਕੋਈ ਲੈਂਡ ਨਹੀਂ ਹੈ ਤੁਹਾਨੂੰ ਸਭ ਨੂੰ ਪਤਾ ਜੀ ਜੀ ਉਹਨਾਂ ਨੇ ਵੀ 10000 ਦੇ ਲਾਗੇ ਕਰ ਦਿੱਤਾ ਹੁਣ ਅਗਰ ਇੰਡੀਆ ਦਾ ਮੈਂ ਤਾਂ ਕਹਿੰਨਾ ਕਿ ਮੈਂ ਬਹੁਤ ਇੱਤੇ ਪੋਜ਼ਿਟਿਵ ਹ ਹਮ ਅਗਰ ਅਸੀਂ 1200 ਜਿਹੜਾ 1200 ਕਿਲੋ ਹੈ ਸਾਲ ਦਾ ਉਹਨੂੰ ਅਸੀਂ ਇੰਪਰੂਵ ਕਿਉਂ ਨਹੀਂ ਕਰ ਸਕਦੇ ਚਲੋ ਅਸੀਂ 10000 ਨਹੀਂ ਕਰ ਸਕਦੇ ਅਸੀਂ ਉਹਨੂੰ 5-6000 ਤੇ ਲੈ ਆਈਏ ਅਗਰ 5-6 ਸੱਤ ਲੈ ਆਉਨੇ ਆ ਤੇ ਜਿਹੜੀਆਂ ਯੂਰੋਪੀਅਨ ਕੰਟਰੀ ਐ ਸੀ ਉਹਨਾਂ ਨਾਲ ਰਲ ਜਣੇ ਡੈਨਮਾਰਕ, ਸਵੀਡਨ, ਹਾਲੈਂਡ ਉੱਥੇ ਜਾਂਦਾ ਬਿਲਕੁਲ ਹੋ ਸਕਦਾ ਏ ਔਰ ਫਿਰ ਵੇਖੋ ਐਵੇਂ ਅਸੀਂ ਪੋਲਟਰੀ ਵਧਾ ਸਕਦੇ ਆਂ ਐਵੇਂ ਅਸੀਂ ਪਿਗਰੀ ਵਧਾ ਸਕਦੇ ਆਂ ਐਵੇਂ ਅਸੀਂ ਗੋਟ ਵਧਾ ਸਕਦੇ ਆਂ ਐਵੇਂ ਅਸੀਂ ਮਸ਼ਰੂਮ ਹਾਨੀ ਕੀਪਿੰਗ ਬੜੇ ਬਹੁਤ ਏਰੀਆ ਜੀ 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 ਸੋ ਮਤਲਬ ਲਾਈਕ ਤੁਹਾਡਾ ਕਹਿਣ ਦਾ ਬਾਰੇ ਆਏਗਾ ਕਿ ਇਟਸ ਨਾਟ ਕਿ ਕੋਈ ਹੱਲ ਨਹੀਂ ਹੈ ਇਟਸ ਜਸ ਦੈਟ ਹੱਲ ਨੂੰ ਆਪਾਂ ਗਲਤ ਪਾਸੇ ਲੱਭ ਰਹੇ ਆਂ ਦੇਖੋ ਜੀ ਮੈਂ ਤਾਂ ਬੜਾ ਹੈਰਾਨ ਹੋਇਆ ਵੇ ਜਿਨੀ ਇਹ ਡਿਸਕਸ਼ਨ ਪਿਛਲੇ 5-6 ਮਹੀਨੇ ਸਾਲ ਤੋਂ ਚੱਲ ਰਹੀ ਹੈ ਕਿਸੇ ਨੇ ਲਾਈਫਸਟਾਕ ਦਾ ਨਾਂ ਹੀ ਨਹੀਂ ਲਿਆ ਔਰ ਮੈਂ ਆਪਣੇ ਬੈਠਾ ਸੋਚਦਾ ਸੀਗਾ ਵੀ ਸ਼ਾਇਦ ਕਿਸੇ ਅੱਜ ਦੇਣ ਕਰਨ ਕੱਲ ਕਰਨ ਇਹ ਬੜਾ ਪੋਟੈਂਸ਼ੀਅਲ ਹੈ ਇਸ ਮਹਿਕ ਵਿੱਚ ਜੀ ਪਰ ਇਹਦੇ ਵਾਸਤੇ ਵੇਖੋ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆ ਕੋਈ ਆਪਾਂ ਨੇਚਰ ਦੇ ਨਾਲ ਕੰਪੀਟ ਕਰ ਸਕਦੇ ਹਾਂ ਅਸੀਂ ਫਲੱਡ ਦਾ ਸਾਡੇ ਤੇ ਕੋਈ ਅਸਰ ਨਹੀਂ ਜੀ ਪਾਣੀ ਘਟੋ ਵੇ ਤਾਂ ਸਾਨੂੰ ਕੋਈ ਅਸਰ ਨਹੀਂ ਜੀ ਸੋ ਇਹ ਤਾਂ ਬਹੁਤ ਅੱਛਾ ਐਂਡ ਵਾਂਸ ਅਗੇਨ ਇਹ ਪੂਰੇ ਨੇਸ਼ਨ ਵਾਈਡ ਲਾਗੂ ਹੋ ਸਕਦੀ ਹੈ ਜਿੱਥੇ ਅਗਰ ਆਪਾਂ ਕ੍ਰੌਪਸ ਦੀ ਗੱਲ ਕਰ ਰਹੇ ਹਾਂ ਦੇ ਆਰ ਲਿਮਿਟਿਡ ਡਿਪੈਂਡਿੰਗ ਔਨ ਦਾ ਕ੍ਰੌਪ ਏਰੀਆ ਕੁਝ ਲਿਮਿਟਿਡ ਹੋ ਜਾਂਦਾ ਹੈ ਲਾਈਫਸਟਾਕ ਦੀ ਜਦੋਂ ਗੱਲ ਆਉਂਦੀ ਹੈ ਯੂ نو ਡਿਪੈਂਡਿੰਗ ਔਨ ਦਾ ਲਾਈਫਸਟਾਕ ਤੁਸੀਂ ਨੇਸ਼ਨ ਵਾਈਡ ਇਸ ਚੀਜ਼ ਨੂੰ ਅਪਣਾ ਸਕਦੇ ਤੁਹਾਨੂੰ ਲੈਂਡ ਦੀ ਲੋੜ ਨਹੀਂ ਹੈ ਤੁਹਾਨੂੰ ਲੇਬਰ ਇੰਟੈਂਸਿਵ ਇੰਨੀ ਜ਼ਿਆਦਾ ਲੋੜ ਨਹੀਂ ਹੈ ਕਿ ਤੁਸੀਂ ਸਮਾਲ ਆਪਰੇਸ਼ਨ ਕਰਦੇ ਯੂ ਕੈਨ ਡੂ ਇਟ ਵਿਦ ਇਨ ਦ ਫੈਮਿਲੀ ਫੀਮੇਲਸ ਦੇ ਵਿੱਚ ਬਹੁਤ ਵੱਡ ਚੜ ਕੇ ਆਪਣਾ ਹਿੱਸਾ ਪਾ ਸਕਦੀਆਂ ਸੋ देयर इज ਅ ਲੋਟ ਆਫ ਪੋਟੈਂਸ਼ੀਅਲ ਹਮ ਹਾਵੇਵਰ ਯੂ نو ਆਫ ਕੋਰਸ ਕਿਸੇ ਵੀ ਚੀਜ਼ ਦਾ ਪੋਟੈਂਸ਼ੀਅਲ ਰੀਅਲਾਈਜ਼ ਕਰਨ ਲਈ ਲੀਡਰਸ਼ਿਪ ਹੋਣੀ ਚਾਹੀਦੀ ਹੈ ਉਸ ਚੀਜ਼ ਨੂੰ ਐਗਜ਼ੀਕਿਊਟ ਕਰਨ ਲਈ ਇੱਕ ਪਲਾਨ ਹੋਣਾ ਚਾਹੀਦਾ ਐਂਡ ਇਟ ਸੀਮਸ ਦੈਟ ਦੈਟ ਇਜ਼ ਮਿਸਿੰਗ ਅਜ ਦੀ ਡੇਟ ਵਿੱਚ ਜਦੋਂ ਇੰਡੀਆ ਦੀ ਗੱਲ ਆਂਦੀ ਹੈ ਇਹ ਚੀਜ਼ ਮੈਨੂੰ ਲੱਗਦਾ ਕਿ ਕਿਥੇ ਕੋਈ ਕਮੀ ਹੈਗੀ ਇਹਦੇ ਬਾਰੇ ਅਮ ਡਾਕਟਰ ਸਾਹਿਬ ਆਫਕੋਰਸ ਤੁਹਾਡਾ ਤਾਂ ਵਾਸਤਾ ਰਿਹਾ ਹੈ ਗਵਰਨਮੈਂਟ ਦੇ ਨਾਲ ਪੰਜਾਬ ਗਵਰਨਮੈਂਟ ਦੇ ਨਾਲ ਵੀ ਅਮ ਐਸ ਸਮਨ ਵਨ ਜੋ ਇੱਕ ਕਨਸਰਨਡ ਪਾਰਟੀ ਹੈ ਇਹ ਬਟ ਯੂ ਆਰ ਸਟਿਲ ਇਨਵੋਲਵਡ ਇਨ ਸਰਟਨ ਥਿੰਗਸ ਅਮ ਉਹਨਾਂ ਦੇ ਬਾਰੇ ਵੀ ਮੈਂ ਤੁਹਾਡਾ ਕਮੈਂਟ ਲੈਣਾ ਚਾਹਨੀ ਆ ਅਨਫੋਰਚਨੇਟ ਹੋਰ ਛੋਟੀ ਜਿਹੀ ਬ੍ਰੇਕ ਲਈ ਸਾਨੂੰ ਰੁਕਣਾ ਪੈ ਰਿਹਾ ਹੈ ਵਿਊਅਰਸ ਕਿਤੇ ਨਾ ਜਾ ਬਹੁਤ ਹੀ ਇੰਟਰਸਟਿੰਗ ਡਿਸਕਸ਼ਨ ਹੋ ਰਹੀ ਹੈ ਸ਼ਾਇਦ ਇਸ ਡਿਸਕਸ਼ਨ ਤੋਂ ਕੋਈ ਹੱਲ ਨਿਕਲੇ ਇਸ ਸੀਮਿੰਗਲੀ ਨੈਵਰ ਐਂਡਿੰਗ ਕਿਸਾਨ ਮੋਰਚੇ ਨੂੰ ਲੈ ਕੇ ਇਸ ਮੁੱਦੇ ਨੂੰ ਲੈ ਕੇ ਇਸੇ ਤਰ੍ਹਾਂ ਬਣੇ Romildén, Brick en Bug. ब्रेक टू बात स्वागत ਹੈ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਪਹੁੰਚੇ ਆ ਡਾਕਟਰ ਬਾਜਵਾ ਦੇ ਕੋਲ ਤੇ ਗੱਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਲਾਈਵ ਸਟਾਕ ਦੇ ਵਿੱਚ ਇੰਨਾ ਸਕੋਪ ਹੈ ਮੈਂ ਤਾਂ ਵਿਊਅਰਸ ਨੂੰ ਇਹ ਵੀ ਕਹਿਣਾ ਚਾਹੁੰਦੀ ਆ ਕਿ ਮੇਰੀ ਇੰਨੀ ਜ਼ਿਆਦਾ ਡਿਸਕਸ਼ਨਸ ਇੰਨੇ ਜ਼ਿਆਦਾ ਐਕਸਪਰਟਸ ਦੇ ਨਾਲ ਕਿੰਨੇ ਮਹੀਨਿਆਂ ਤੋਂ ਚੱਲ ਰਹੀ ਹੈ ਇਸ ਮੁੱਦੇ ਨੂੰ ਲੈ ਕੇ ਇਸ ਕਿਸਾਨ ਅੰਦੋਲਨ ਨੂੰ ਲੈ ਕੇ ਮੈਂ ਕਵਾਂਗੀ ਅੱਜ ਪਹਿਲੀ ਵਾਰ ਮੈਨੂੰ ਇਦਾਂ ਲੱਗਿਆ ਕਿ ਕਿਸੇ ਨੇ ਕੋਈ ਇਹੋ ਜੀ ਗੱਲ ਕਹੀ ਹੈ ਕਿ ਹਾਂਜੀ ਇਸ ਸਮੱਸਿਆ ਦਾ ਹੱਲ ਹੈਗਾ ਹੋਨ ਜਿਨ੍ਹਾਂ ਨੇ ਇਸ ਹੱਲ ਨੂੰ ਅਪਣਾਨਾ ਹੈ ਉਹਨਾਂ ਦੇ ਡਿਪੈਂਡ ਕਰਦਾ ਹੈ ਉਹ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਆ ਡਾਕਟਰ ਸਾਹਿਬ ਕੀ ਹਰਡਲਸ ਹਨ ਅਗਰ ਆਪਾਂ ਲਾਈਵਸਟਾਕ ਦੀ ਗੱਲ ਕਰੀਏ ਜੋ ਸਕੋਪ ਤੁਸੀਂ ਸਾਨੂੰ ਦੱਸਿਆ ਕਿ ਲਾਈਵਸਟਾਕ ਦੇ ਵਿੱਚ ਕਿੰਨਾ ਕੁ ਪੋਟੈਂਸ਼ੀਅਲ ਹੈ ਇੰਡੀਆ ਨੂੰ ਨਾ ਕਿ ਸਿਰਫ ਅਪਲਿਫਟ ਕਰਨ ਦਾ ਬਟ ਇਹ ਜੋ ਕਿਸਾਨੀ ਮੁੱਦਾ ਹੈ ਇਸ ਚੀਜ਼ ਨੂੰ ਰਿਜ਼ੋਲਵ ਕਰਨ ਦਾ ਕਿਸੇ ਹੱਦ ਤੱਕ ਕੀ ਹਰਡਲਸ ਅਜ ਦੀ ਡੇਟ ਵਿੱਚ ਐਗਜ਼ਿਸਟ ਕਰਦੀਆਂ ਹਰਡਲਸ ਅਸ਼ਵਿਤਾ ਜੀ ਹੈਗੀਆਂ ਪਰ ਕੋਈ ਇਹੋ ਜਿਹੀ ਨਹੀਂ ਜਿਹੜੀ ਓਵਰਕਮ ਨਹੀਂ ਹੋ ਸਕਦੀ ਹੁਣ ਦੇਖੋ ਸਾਡੇ ਜਿਹੜੇ ਯੀਲਡ ਕਰਦੇ ਆ ਪੂਰ ਯੀਲਡ ਹਮ ਮਿਲਕ ਦੀ ਅਸੀਂ ਉਹ ਵਧਾ ਸਕਦੇ ਹਮ ਜਿਵੇਂ ਦੁਨੀਆ ਨੇ ਵਧਾਈ ਹੈ ਅਸੀਂ ਉਹਨੂੰ ਵਧਾ ਸਕਦੇ ਹਾਂ ਡੈਫੀਸ਼ੈਂਟ ਫਾਡਰ ਹੈ ਸਾਡਾ ਜੀ ਕਿਉਂਕਿ ਅਸੀਂ ਸਾਡੇ ਜਿਹੜੇ ਸਟਾਕਿੰਗ ਹੈ ਅੱਜ ਕੱਲ ਬਣ ਰਿਹਾ ਕੰਮ ਜਿਹਨੂੰ ਸਾਇਲੇਜ ਕਹਿੰਦੇ ਨੇ ਆ ਉਹ ਸਾਡਾ ਡੈਫੀਸ਼ੈਂਟ ਹੈ ਉਹ ਗ੍ਰੀਨ ਕਟ ਹੈ ਥੋੜਾ ਜਿਹਾ ਔਰ ਥੋੜੇ ਜੇ ਗ੍ਰੇਨਸ ਕਟ ਹੈ ਗ੍ਰੇਨਸ ਇੰਡੀਆ ਚ ਬਹੁਤ ਪ੍ਰੋਡਿਊਸ ਹੁੰਦੇ ਆ ਮੈਨੂੰ ਵੈਰੀ ਸਮਝ ਆਉਂਦੀ ਵੀ ਸਾਡੇ ਕਟ ਕਿਉਂ ਹੈ ਇਹਦਾ ਮਤਲਬ ਆ ਅਸੀਂ ਟੈਕਨੋਲੋਜੀ ਲਾ ਕੇ ਉਹਨਾਂ ਨੂੰ ਪ੍ਰੋਪਰਲੀ ਚੈਨਲਾਈਜ਼ ਨਹੀਂ ਕੀਤਾ ਕਿਉਂਕਿ ਐਨੀਮਲ ਜਿਹੜੇ ਆ ਉਹ ਇਹੀ ਚੀਜ਼ਾਂ ਖਾਂਦੇ ਆ ਜੋ ਸਾਡੇ ਉਗਦੀਆਂ ਹੁਣ ਅੱਗੋਂ ਜੇ ਥੋੜੀ ਜੀ ਫ੍ਰੀਕੁਐਂਟ ਆਊਟਬਰੇਕਸ ਹੋ ਜਾਂਦੀਆਂ ਅਗੇਨ ਦੇਟ ਕੈਨ ਬੀ ਕੰਟਰੋਲ ਜੀ ਵੈਟਰਨਰੀ ਸਾਇੰਸ ਆ ਵੈਟਰਨਰੀ ਸਿਸਟਮ ਸਾਡਾ ਹੈਗਾ ਉੱਥੇ ਔਰ ਅੱਗੋਂ ਹੋਰ ਹਾਰਡਰ ਹੈ ਜੀ ਵੀ ਜਿਹੜੀ ਇਫ ਫੇਲਰ ਆਫ ਵੈਕਸੀਨੇਸ਼ਨਸ ਹੋ ਜਾਂਦੀ ਹੈ ਹਰਡ ਮੈਡੀਸਨ ਚ ਅਸੀਂ ਉਹ ਕੰਟਰੋਲ ਕਰ ਸਕਦੇ ਹਾਂ ਜੀ ਅਸੀਂ ਜਿਹੜੀ ਲੈਕ ਆਫ ਟੈਕਨੀਕਲ ਸਪੋਰਟ ਹੈ ਅਸੀਂ ਉਹਨੂੰ ਇਨਕਰੀਜ਼ ਕਰ ਸਕਦੇ ਹਾਂ ਫਿਰ ਸਾਡੇ ਕੋਲ ਜਿਹੜੀ ਇੱਕ ਜਿਹੜੀ ਵੱਡੀ ਚੀਜ਼ ਹੈ ਉਹ ਮੈਂ ਨਹੀਂ ਕਰ ਸਕਦਾ ਉਹ ਗਵਰਨਮੈਂਟ ਨੇ ਕਰਨੀ ਹੈ ਕਿ ਸਾਨੂੰ ਇੱਕ ਆਰਗੇਨਾਈਜ਼ਡ ਮਾਰਕੀਟ ਬਣਾਉਣੀ ਪਊਗੀ ਜਿਹੜੀਆਂ ਅਸੀਂ ਉੱਥੇ ਲੈਕ ਕਰਦੇ ਆਂ ਔਰ ਉਹਦੇ ਵਿੱਚ ਇੱਕ ਲੈਕ ਆਫ ਰੈਗੂਲੇਟਿਡ ਕੰਸਿਸਟੈਂਸੀ ਇਨ ਪ੍ਰਾਈਸ ਅਗੇਨ ਗੱਲ ਉੱਥੇ ਅੱਗੇ ਮੁਕਣੀ ਹੈ ਚਾਹੇ ਉਹ ਕਰਾਪ ਹੋਵੇ ਤੇ ਚਾਹੇ ਉਹ ਲਾਈਫਸਟਾਕ ਹੋਵੇ ਮਿਨਿਮਮ ਸਪੋਰਟ ਪ੍ਰਾਈਸ ਮਿਨਿਮਮ ਫਲੋਰ ਪ੍ਰਾਈਸ ਤਾਂ ਕਿਤੇ ਚੱਲ ਕੇ ਦੇਣਾ ਪੈਣਾ ਕਿਹੜਾ ਦੁਨੀਆ ਦਾ ਪ੍ਰੋਡਕਟ ਹੈ ਜਿਹੜਾ ਤੁਸੀਂ ਬਣਾ ਜੋ ਤੇ ਤੁਹਾਨੂੰ ਇਹ ਨਾ ਦੱਸੇ ਕਿੰਨੇ ਦਾ ਵਿਕੂਗਾ ਸੋਇਸ ਕਰਕੇ ਇਹ ਗਵਰਨਮੈਂਟ ਦਾ ਕੰਮ ਹੈ ਰਿਕਮੈਂਡੇਸ਼ਨਸ ਇਹਦੀਆਂ ਇਹ ਹੈ ਇੱਕ ਸਿਲੈਕਟਿਵ ਕਰਾਸ ਬਰੀਡਿੰਗ ਕੀਤੀ ਜਾਏ। ਅਗਰ ਇੰਪੋਰਟੈਂਟ ਸੀਮਨ ਆਉਂਦਾ ਹੈ ਉਹਦੀ ਪ੍ਰੋਪਰ ਸਟੋਰੇਜ ਸੀਮਨ ਬੈਂਕ ਟ੍ਰੇਨਡ ਪਰਸਨਲ ਸਕਿਲਡ ਵਰਕਰ ਕੀਤੇ ਜਾਣ। ਮਾਸ ਏ ਆਈ ਟ੍ਰੇਨਿੰਗ ਪ੍ਰੋਗਰਾਮ ਕੀਤੇ ਜਾਣ। ਸੁਪੀਰੀਅਰ ਹਾਊਸਕੀਪਿੰਗ ਕੀਤੀ ਜਾਏ। ਸੁਪੀਰੀਅਰ ਫਾਡਰ ਬਣਾਇਆ ਜਾਵੇ ਔਰ ਸਫੀਸ਼ੀਐਂਟ ਹੋਵੇ। ਅਰ ਜਿਹੜੇ ਅਵੇਲੇਬਲ ਕ੍ਰੈਡਿਟਸ ਹੈ ਬੈਂਕ ਰੇਟਾਂ ਤੋਂ ਲੋਕਾਂ ਨੂੰ ਉਹ ਥੋੜੇ ਘੱਟ ਰੇਟ ਤੇ ਮਿਲਣੇ ਚਾਹੀਦੇ ਆ। ਸੋ ਆਈ ਮੀਨ ਵਾਂਸ ਅਗੇਨ ਇਕੋ ਹੀ ਮਤਲਬ ਮਾਮੂਲੀ ਜਾ ਤੁਸੀਂ ਪ੍ਰੋਪੋਜ਼ਿਸ਼ਨ ਨਹੀਂ ਅੱਗੇ ਰੱਖ ਰਹੇ ਇਟ ਇਜ਼ ਅ ਪ੍ਰੀਟੀ ਬਿਗ ਯੂ نو ਅ ਟਰਪਰਾਈਜ਼ ਇੱਕ ਕਿਸਮ ਦੀ ਬਟ ਅੱਜ ਦੀ ਡੇਟ ਦੇ ਵਿੱਚ ਜਿੱਥੇ ਪੂਰੀ ਇੰਡੀਆ ਦੇ ਵਿੱਚ ਇੰਨਾ ਵੱਡਾ ਚੇਂਜ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ ਯੂ نو ਐਂਡ ਮੇਬੀ ਥੈਟ ਚੇਂਜ ਇਜ਼ਨਟ ਸੋ ਬੈਨੀਫੀਸ਼ੀਅਲ ਲੌਂਗ ਟਰਮ ਭਾਵੇਂ ਉਹ ਕਿਸਾਨ ਲਈ ਹੋਏ ਛੋਟੇ ਮਜ਼ਦੂਰ ਲਈ ਹੋਏ ਲੇਬਰਰ ਲਈ ਹੋਏ ਜਾਂ ਈਵਨ ਕੰਜ਼ਿਊਮਰ ਲਈ ਹੋਏ ਉਥੇ ਇਸ ਤਰ੍ਹਾਂ ਦਾ ਅਗਰ ਚੇਂਜ ਅਪਣਾਇਆ ਜਾਏ ਤੁਸੀਂ ਓਕੇ ਡਾਕਟਰ ਸਾਹਿਬ ਇਥੇ ਅਨਫੋਰਚਨਟਲੀ ਸਾਡੇ ਕੋਲ ਟਾਈਮ ਜ਼ਿਆਦਾ ਨਹੀਂ ਰਹਿ ਗਿਆ ਇਸ ਤਰ੍ਹਾਂ ਦੀ ਡਿਸਕਸ਼ਨ ਤਾਂ ਆਪਾਂ ਕਿੰਨੀ ਲੰਬੀ ਖਿੱਚ ਸਕਦੇ ਆ ਰਾਈਟ ਐਂਡ ਮੈਂ ਵੀਅਰਸ ਨੇ ਵੀ ਕਹਿੰਦੀ ਆ ਕਿ ਆਈ ਊਡ ਲਵ ਟੂ ਹੈਵ ਯੂ ਬੈਕ ਔਨ ਬਿਕਾਜ਼ ਤੁਹਾਡੀ ਐਕਸਪਰਟੀਜ਼ ਇਜ਼ ਅਮ ਰੀਲੀ ਇਲੂਮੀਨੇਟਿੰਗ ਇਸ ਸਬਜੈਕਟ ਦੇ ਵਿੱਚ ਰਾਈਟ ਬਟ ਡਾਕਟਰ ਸਾਹਿਬ ਅਗਰ ਤੁਸੀਂ ਡਾਇਰੈਕਟਲੀ ਇੱਕ ਮੈਸੇਜ ਦੇਣਾ ਹੋਏ ਭਾਵੇਂ ਪੰਜਾਬ ਗਵਰਨਮੈਂਟ ਸੁਣ ਰਹੀ ਹੈ ਭਾਵੇਂ ਮੋਦੀ ਸਰਕਾਰ ਸੁਣ ਰਹੀ ਹੈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇੱਕ ਨੌਨ ਤੁਹਾਡਾ ਕੋਈ ਵੈਸਟਡ ਇੰਟਰਸਟ ਨਹੀਂ ਹੈਗਾ you are just a concerned party ਤੁਸੀਂ ਇੱਥੇ ਅਮਰੀਕਾ ਦੇ ਵਿੱਚ ਵੈਲ ਸੈਟਲਡ ਹੋ ਯੂਰ ਰਿਟਾਇਰਡ ਯੂ ਹੈਪੀਲੀ ਯੂ نو ਲਿਵਿੰਗ ਯੂਰ ਲਾਈਫ ਹਿਅਰ ਲੇਕਿਨ ਤੁਸੀਂ ਉੱਥੇ ਕੰਸਰਨ ਰੱਖਦੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਲੋਜ਼ਿੰਗ ਦੇ ਵਿੱਚ ਮੇਰਾ ਤਾਂ ਮੈਸੇਜ ਇਹ ਹੈ ਜੀ ਕਿ ਜਿਵੇਂ ਕ੍ਰਾਫਟ ਤੇ ਇਨਾ ਜ਼ੋਰ ਦਿੱਤਾ ਜਾ ਰਿਹਾ ਹੈ ਉਹਦੇ ਪ੍ਰੋਡਕਸ਼ਨ ਤਾਂ ਮੈਕਸਮਾਈਜ਼ ਹੋ ਗਈ ਹੈ ਨਾ ਇੱਕ ਏਕੜ ਨੇ ਵਧਣਾ ਤੇ ਜਿਹੜੀ ਉਹਦੀ ਯੀਲਡ ਹੈ ਉਹਦੀ ਕੋਈ ਲਿਮਟ ਹੈ ਇੰਡੀਆ ਪ੍ਰੇਟੀ ਗੁੱਡ ਪ੍ਰੋਡਿਊਸਿੰਗ ਰਾਈਸ ਪਰ ਅਸੀਂ ਜੇ ਦੇਖਦੇ ਹਾਂ ਲਾਈਫਸਟਾਕ ਨੂੰ ਜਿਵੇਂ ਮੈਂ ਪਹਿਲਾਂ ਦੱਸਿਆ 1200 ਉਹ ਕਿਲੋ ਆਉਂਦਾ ਸਾਲ ਦਾ ਜਿਹਨੂੰ ਅਸੀਂ 10000 ਕਰ ਸਕਦੇ ਹਾਂ ਸੋ ਮੇਰਾ ਇਹ ਤੇ ਹੈ ਕਿ ਇਹਦੇ ਤੇ ਐਮਫਸਾਈਜ਼ ਕੀਤਾ ਜਾਏ ਔਰ ਇਸ ਸੈਕਟਰ ਨੂੰ ਇੱਕ ਐਗਰੀਕਲਚਰ ਦਾ ਪਾਰਟ ਸਮਝ ਕੇ ਜੋਗੇ ਹੈ ਔਰ ਮੋਰਓਵਰ ਸਾਡੇ ਇੰਡੀਆ ਚ ਬਹੁਤ ਜ਼ਿਆਦਾ ਫਿੱਟ ਹੁੰਦਾ ਹੈ ਕਿ ਸਾਨੂੰ ਲੇਬਰ ਉਥੇ ਚੀਪ ਮਿਲਦੀ ਹੈ ਔਰ ਉਹਨਾਂ ਲੋਕਾਂ ਨੂੰ ਤੁਸੀਂ ਰਿਸੋਰਸ ਦਿਓ ਉਹਨਾਂ ਨੂੰ এমਪਲੋਏ ਕਰ ਲਓ ਔਰ ਦੂਜੀ ਇਹ ਚੀਜ਼ ਹੈ ਅਸੀਂ ਹੁਣ ਬਾਹਰ ਇਥੇ ਐਨਆਰਆਈਜ਼ ਆ ਗਏ ਮੇਰਾ ਮੈਸੇਜ ਇਹ ਹੈ ਅਸੀਂ ਉੱਥੇ ਇਨਫੋਰਮੇਸ਼ਨ ਟੈਕਨੋਲੋਜੀ ਚ ਜਾਣਿਆ ਅਸੀਂ ਉੱਥੇ ਹੋਰ ਕੰਪਨੀਆਂ ਲਾਉਨੇ ਆ ਅਸੀਂ ਉੱਥੇ ਮੈਨੂਫੈਕਚਰਿੰਗ ਕਰਦੇ ਆ ਮੈਂ ਇਹ ਕਹਣਾ ਤੁਸੀਂ ਚਾਈਨਾ ਨਾਲ ਕੰਪੀਟ ਨਹੀਂ ਕਰ पाओगे ਇੱਥੋਂ ਜਾ ਕੇ ਇਹ ਸਾਨੂੰ ਸੋਚਣਾ ਚਾਹੀਦਾ ਪਰ ਸਾਡਾ ਇੱਕ ਪੰਜਾਬ ਸਟੇਟ ਨਾਲ ਜੇ ਤੁਹਾਨੂੰ ਪਿਆਰ ਹੈਗਾ ਤੁਹਾਡੀ ਉੱਥੇ ਲੈਂਡਸਕੇਪ ਇਹਦੇ ਵਾਸਤੇ ਫਿੱਟ ਹੈ ਉੱਥੇ ਲੇਬਰ ਹੈਗੀ ਹੈ ਪੰਜਾਬ ਦੇ ਵਿੱਚ ਜਾ ਕੇ ਕੋਆਪਰੇਟਿਵ ਟਾਈਪ ਤੁਸੀਂ ਬਣਾਓ ਐਨ ਆਰ ਆਈਸ ਇਹਨੂੰ ਥੋੜਾ ਦੇਖੋ ਅਰ ਤੁਸੀਂ ਅਗਰ ਇਹਦੇ ਸ਼ੇਅਰ ਜਿਹੜੇ ਬਣਾ ਦਿਓ ਸ਼ੇਅਰ ਫਾਰ ਐਗਜ਼ਾਮਪਲ 1000 US ڈالر ਤੁਸੀਂ ਸਮਝੋ ਵੀ ਅਸੀਂ ਇਹ ਪੰਜਾਬ ਦੀ ਭਲੇ ਵਾਸਤੇ ਕਰਨਾ ਇੱਥੋਂ ਤੁਸੀਂ ਟੈਕਨੀਕਲ ਬੰਦੇ ਲਾ ਜਾਓ ਇਹਨੂੰ ਤੁਸੀਂ ਕੰਟਰੋਲ ਕਰੋ ਤੁਸੀਂ ਵੀ ਇਨਕਮ ਬਣਾਓ ਇੱਕ ਆਪਰੇਟਰ ਬਣਾਓ ਔਰ ਇਹ ਅੱਗੇ ਜੋ ਕੋਈ ਮੈਨੂੰ ਇਹਦੇ ਚ ਮੰਨੇ ਮੈਂ ਰੀਲੀ ਕਹਿਣਾ ਚਾਹੁੰਨਾ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਅਗਰ ਮੈਂ ਹਾਲੇ ਵੀ ਉੱਥੇ ਜਾ ਕੇ ਅਗਰ ਮੈਨੂੰ ਗੁੱਡ ਗਵਰਨਮੈਂਟ ਇਹਦੇ ਚ ਫ੍ਰੀ ਹੈਂਡ ਦੇ ਦੇਵੇ ਆਈ ਕੈਨ ਡੂ ਇਟ ਬਸ ਮੇਰੇ ਚ ਆਈ ਕੈਨ ਡੂ ਇਟ ਔਰ ਇਹ ਮੈਂ ਕਿੱਥੋਂ ਸਿੱਖਿਆ ਚਾਰ ਇਨਸਾਨ ਮੇਰੀ ਜ਼ਿੰਦਗੀ ਚ ਆਏ ਜੀ ਇੱਕ ਸਾਡਾ ਪ੍ਰੋਫੈਸਰ ਕਰਮਚੰਦ ਮਲਕ ਸੀਗਾ ਜੀ ਔਰ ਉਸ ਤੋਂ ਬਾਅਦ ਡਾਕਟਰ ਐਮ ਐਸ ਰੰਦਾਵਾ ਜਿਹੜੇ ਸਾਡੇ ਵਾਈਸ ਚਾਂਸਰ ਸੀ ਔਰ ਨੰਬਰ 3 ਡਾਕਟਰ ਇੱਕ ਆਰ ਆਰ ਪੀ ਐਸ त्याਗੀ ਸੀਗੇ ਉਹ ਅਮਰੀਕਾ ਤੋਂ ਪੜ੍ਹ ਕੇ ਗਏ ਸੀ ਐਂਡ ਨੰਬਰ 4 ਐਂਡ ਦਾ ਮੋਸਟ ਇੰਪੋਰਟੈਂਟ ਡਾਕਟਰ ਬਖਸ਼ੀ ਸਿੰਘ ਜੀ ਜੀ ਅਹ ਥੈਂਕ ਯੂ ਸੋ ਮਚ ਡਾਕਟਰ ਬਾਜਵਾ ਤੁਹਾਡੇ ਟਾਈਮ ਲਈ ਤੁਹਾਡੀ ਨੋਲੇਜ ਲਈ ਮੈਂ ਤਾਂ ਕਹਾਂਗੀ ਇਹ ਇੱਕ ਵਿਜ਼ਡਮ ਹੈ ਨੋਲੇਜ ਵੀ ਵਰਡ ਯੂ نو ਛੋਟਾ ਪੈ ਜਾਂਦਾ ਹੈ ਅਮ ਇਥੇ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਮੈਂਸ਼ਨ ਕਰਨੀ ਕਿ ਲੁੱਕ ਐਟ ਦਾ ਵਰਲਡ ਟ੍ਰੈਂਡ ਜਿੱਥੇ ਦੁਨੀਆ ਦੀ ਪੋਪੂਲੇਸ਼ਨ ਕਿੰਨੀ ਤੇਜ਼ੀ ਨਾਲ ਵਧ ਰਹੀ ਆਈ ਥਿੰਕ 9 ਬਿਲੀਅਨ 9 ਬਿਲੀਅਨ ਲੋਕੀ ਵਰ ਗੋਇੰ ਟੂ ਟੱਚ ਵਰਲਡ ਪੋਪੂਲੇਸ਼ਨ ਜੋ ਫੂਡ ਐਂਡ ਸਿਕਿਉਰਿਟੀ ਹੈ ਉਹ ਇਨਕਰੀਸ ਹੋਣੀ ਹੈ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਲੈਂਡ ਤਾਂ ਇਨਕਰੀਸ ਹੋ ਨਹੀਂ ਰਿਹਾ ਜੋ ਇੱਕ ਏਕੜ ਹੈ ਉਹ ਇੱਕ ਏਕੜ ਹੀ ਰਹਿਣਾ ਹੈ ਬਟ ਆਪਾਂ ਕਿਸ ਤਰ੍ਹਾਂ ਆਪਣੀ ਇਨਕਰੀਸਿੰਗ ਪੋਪੂਲੇਸ਼ਨ ਨੂੰ ਫੀਡ ਕਰਦੇ ਆ ਉਹਦੀ ਸਾਨੂੰ ਸੋਚਣੀ ਚਾਹੀਦੀ ਹੈ ਇਹ ਜੋ ਕਿਸਾਨੀ ਮੁੱਦਾ ਹੈ ਇਹ ਸਿਰਫ ਇੱਕ ਖੇਤੀਬਾੜੀ ਦਾ ਮੁੱਦਾ ਨਹੀਂ ਹੈ ਜਾਂ ਪੰਜਾਬ ਹਰਿਆਣਾ ਦਾ ਮੁੱਦਾ ਨਹੀਂ ਰਹਿ ਗਿਆ ਇਹ ਇੱਕ ਦੁਨੀਆ ਦੀ ਪੋਪੂਲੇਸ਼ਨ ਨੂੰ ਫੀਡ ਕਰਨ ਦਾ ਮੁੱਦਾ ਬਣ ਗਿਆ ਤੇ ਉਸ ਕਨਵਰਸੇਸ਼ਨ ਦੇ ਵਿੱਚ ਲਾਈਸਟਾਕ ਦਾ ਕੀ ਰੋਲ ਪਲੇ ਹੁੰਦਾ ਹੈ ਉਹਦੀ ਅੱਜ ਆਪਾਂ ਬਹੁਤ ਹੀ ਇੰਟਰਸਟਿੰਗ ਡਿਸਕਸ਼ਨ ਕੀਤੀ ਵਾਂਸ ਅਗੇਨ ਥੈਂਕ ਯੂ so much for inviting us to your home ਡਾਕਟਰ ਸਾਹਿਬ ਯੋਰ ਟਾਈਮ ਇਟ ਵਾਸ ਅ ਪਲੇਜ਼ਰ ਹੈਵਿੰਗ ਯੂ ਆਏ ਦਿਨ ਆਲੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਸਾਡੇ ਲਈ ਕੋਈ ਕੁਐਸ਼ਨਸ ਕਮੈਂਟਸ ਕਨਸਰਨ ਤੁਸੀਂ ਡਾਕਟਰ ਸਾਹਿਬ ਨਾਲ ਕੋਈ ਕੁਐਸ਼ਨs ਰੱਖਣਾ ਚਾਹੁੰਦੇ ਹੋ ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com ashmita@justbroadcasting.com ਹੁਣ ਸਾਨੂੰ ਦੇਉ ਇਜਾਜ਼ਤ ਸਸਵੇਕਾ